ਵੇ ਲੇਖਾਂ ਦੀਆਂ ਲਿਖੀਆਂ ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਛ ਹੋਰ ਸੋਚੇ ਰੱਬ ਕੁਛ ਹੋਰ ਵੇ। ਇਹਨਾਂ ਸਤਰਾਂ ਨਾਲ ਪ੍ਰਵਾਨ ਕਰੋ ਮੇਰੇ ਵੱਲੋਂ ਯਾਨੀ ਤੁਹਾਡੇ ਆਪਣੇ ਸਰਬਜੀਤ ਸਿੰਘ ਢੱਕ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰ ਦਰਸ਼ਕੋ, ਸਭ ਤੋਂ ਪਹਿਲਾਂ ਅਨਮੋਲ ਖਜ਼ਾਨੇ ਵਿੱਚੋਂ ਤਿੰਨ ਅਨਮੋਲ ਗੱਲਾਂ ਤੇ ਉਸ ਤੋਂ ਬਾਅਦ ਰੂਬਰੂ ਕਰਾਊਂਗਾ ਅੱਜ ਦੇ ਮਹਿਮਾਨ ਨਾਲ। ਸੋ ਅਨਮੋਲ ਖਜ਼ਾਨੇ ਵਿੱਚ ਜਿਹੜੀ ਪਹਿਲੀ ਗੱਲ ਹੈ ਉਹ ਇਹ ਹੈ ਕਿ ਜ਼ਿੰਦਗੀ ਵਿੱਚ ਆਪਾਂ ਜਿੰਨਾ ਮਰਜ਼ੀ ਉੱਪਰ ਉੱਠ ਜਾਈਏ ਪਰ ਕਦੀ ਵੀ ਆਪਣੀ ਗਰੀਬੀ ਔਰ ਆਪਣੇ ਬੁਰੇ ਵਕਤ ਨੂੰ ਨਹੀਂ ਭੁੱਲਣਾ ਚਾਹੀਦਾ। ਤੇ ਦੂਸਰੀ ਗੱਲ, ਛੋਟੀ ਛੋਟੀ ਗੱਲਾਂ ਨੂੰ ਦਿਲ ਚ ਨਾ ਰੱਖੋ ਕਿਉਂਕਿ ਇਹਨਾਂ ਨਾਲ ਦਿਲ ਚ ਰੱਖਣ ਦੇ ਨਾਲ ਜਿਹੜੇ ਰਿਸ਼ਤੇ ਆ ਉਹ ਖਤਮ ਹੋ ਜਾਂਦੇ ਨੇ। ਤੇ ਤੀਸਰੀ ਗੱਲ ਜਿਹੜੀ ਅਨਮੋਲ ਖਜ਼ਾਨੇ ਚੋਂ ਹੈ ਉਹ ਹੈ, ਜਿਸ ਜਗ੍ਹਾ ਪਿਆਰ ਚ ਨਫ਼ਰਤ ਆ ਜਾਵੇ ਤੇ ਵਿਸ਼ਵਾਸ ਵਿੱਚ ਸ਼ੱਕ ਆ ਜਾਵੇ ਉਹ ਰਿਸ਼ਤਾ ਜਾਂ ਘਰ ਟੁੱਟ ਹੀ ਜਾਂਦਾ ਹੈ। ਸੋ ਇਹ ਸੀ ਅੱਜ ਦੀਆਂ ਤਿੰਨ ਅਨਮੋਲ ਗੱਲਾਂ ਤੇ ਹੁਣ ਵੇਲਾ ਹੈ ਤੁਹਾਨੂੰ ਰੂਬਰੂ ਕਰਾਉਣ ਦਾ ਅੱਜ ਦੇ ਸਾਡੇ ਜਿਹੜੇ ਮਹਿਮਾਨ ਆ ਉਹਨਾਂ ਦੇ ਨਾਲ। ਇਹਨਾਂ ਬਾਰੇ ਮੈਂ ਦੱਸ ਦੇਵਾਂ ਕਿ ਜਿੱਥੇ ਇਹ ਇਹਨਾਂ ਦਾ ਆਪਣਾ ਮੈਡੀਕਲ ਸਟੋਰ ਹੈ ਜਿੱਥੇ ਇਹ ਲੋਕਾਂ ਨੂੰ ਉਹਨਾਂ ਦੀ ਜਿਹੜੇ ਸਰੀਰਕ ਦੁੱਖ ਨੇ ਦਰਦ ਨੇ ਉਹਨਾਂ ਨੂੰ ਦੂਰ ਕਰਦੇ ਨੇ ਦਵਾਈਆਂ ਦੇ ਕੇ, ਉੱਥੇ ਹੀ ਆਪਣੀ ਕਲਮ ਰਾਹੀਂ ਗੀਤ ਤੇ ਗਜ਼ਲਾਂ ਲਿਖ ਕੇ ਔਰ ਹੁਣ ਇਹਨਾਂ ਨੇ ਸਾਹਿਤ ਚ ਵੀ ਆ ਗਏ ਨੇ ਔਰ ਸਾਹਿਤ ਦੇ ਨਾਲ ਨਾਲ ਇਹਨਾਂ ਨੇ ਅਸੀਂ ਜਿਹੜੀ ਪਹਿਲੀ ਕਿਤਾਬ ਹੈ ਉਹ ਵੀ ਅਸੀਂ ਰਿਲੀਜ਼ ਕਰਨੀ ਹੈ ਇੱਥੇ ਤੇ ਉਹ ਗੀਤ ਔਰ ਗਜ਼ਲਾਂ ਰਾਹੀਂ ਰੂਹ ਦਾ ਸਕੂਨ ਵੀ ਦਿੰਦੇ ਨੇ। ਇਸ ਸ਼ਖਸ ਨੇ ਬੜੀ ਮਿਹਨਤ ਕੀਤੀ ਹੈ, ਜਿੱਥੇ ਇਹਨੇ ਆਪਣੇ ਕਾਰੋਬਾਰ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ ਔਰ ਪਰਿਵਾਰ ਨੂੰ ਇੱਕ ਮੁਕਾਮ ਤੇ ਲੈ ਕੇ ਗਏ, ਬੱਚਿਆਂ ਨੂੰ ਉੱਚੀ ਸਿੱਖਿਆ ਦਿੱਤੀ, ਉੱਥੇ ਨਾਲ ਨਾਲ ਹੀ ਆਪਣੇ ਕਿੱਤੇ ਦੇ ਨਾਲ ਨਾਲ ਉਹਨਾਂ ਨੇ ਆਪਣਾ ਜਿਹੜਾ ਇਹ ਸਾਹਿਤ ਦਾ ਜਿਹੜਾ ਸਫ਼ਰ ਇਹ ਵੀ ਜਾਰੀ ਰੱਖਿਆ। ਇਹਨਾਂ ਦੇ ਗੀਤ ਵੱਡੇ ਵੱਡੇ ਜਿਹੜੇ ਗਾਇਕ ਉਹਨਾਂ ਨੇ ਵੀ ਗਾਏ ਨੇ, ਰਣਜੀਤ ਮਣੀ ਵਰਗੇ ਉਹਨਾਂ ਜਿਹਨਾਂ ਦਾ ਨਾਂ ਹੈ, ਬਾਕੀ ਆਪਾਂ ਇਹਨਾਂ ਤੋਂ ਵੀ ਜਾਣਾਂਗੇ ਹੋਰ ਕਿਹੜੇ ਕਿਹੜੇ ਸਿੰਗਰ ਨੇ ਇਹਨਾਂ ਦੇ ਗੀਤ ਗਾਏ ਨੇ। ਤਕਰੀਬਨ 150 ਗੀਤ ਇਹਨਾਂ ਦਾ ਹੁਣ ਤੱਕ ਰਿਕਾਰਡ ਹੋ ਚੁੱਕਿਆ ਹੈ ਔਰ ਇਹ ਜਿਹੜੇ ਗੀਤ ਔਰ ਗਜ਼ਲ ਲਿਖਦੇ ਸੀਗੇ ਔਰ ਹੁਣ ਇਹ ਪਹਿਲੀ ਕਿਤਾਬ ਇਹਨਾਂ ਦੀ ਜਿਹੜੀ ਆਈ ਹੈ ਉਹ ਅੱਜ ਆਪਾਂ ਨੇ ਰਿਲੀਜ਼ ਕਰਨੀ ਹੈ, ਉਹ ਆਪਾਂ ਅਗਲੇ ਸ਼ੋਅ ਜਿੱਦਾਂ ਚੱਲੇਗਾ ਉਹਦੇ ਨਾਲ ਮੈਂ ਰਿਵੀਲ ਕਰੂੰਗਾ ਕਿ ਉਹ ਕਿਤਾਬ ਕਿਹੜੀ ਹੈ। ਤੇ ਆਓ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਉਸ ਸ਼ਖਸੀਅਤ ਨਾਲ ਜਿਹਦਾ ਨਾਮ ਹੈ ਹਰੀਸ਼ ਪਟਿਆਲਵੀ ਜੀ। ਹਰੀਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਹ ਬਈ ਵਾਹ ਵਿੱਚ ਵੀ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਪੀਬੀਸੀ ਦਾ ਖੂਬਸੂਰਤ ਪ੍ਰੋਗਰਾਮ ਵਾਹ ਜੀ ਵਾਹ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ ਵੈਲਕਮ ਖੁਸ਼ਾਮਦੀਦ। ਬਹੁਤ ਹੀ ਜ਼ਿਆਦਾ ਧੰਨਵਾਦ ਸਾਡੇ ਸਤਿਕਾਰਯੋਗ ਵੀਰ ਸਰਦਾਰ ਸਰਬਜੀਤ ਸਿੰਘ ਜੀ ਢੱਕ ਸਾਹਿਬ, ਜਿਨ੍ਹਾਂ ਦੀ ਬਦੌਲਤ ਆਪ ਸਭ ਦੇ ਨਜ਼ਰ ਹੋਣ ਦਾ ਮੌਕਾ ਮਿਲਿਆ, ਸਭ ਦੇ ਹੋਣ ਦਾ ਮੌਕਾ ਮਿਲਿਆ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਅੱਜ ਜਿਸ ਖੂਬਸੂਰਤ ਸ਼ਾਮ ਨੂੰ ਤੇ ਇੰਡੀਆ ਦੀ ਖੂਬਸੂਰਤ ਰਾਤ ਨੂੰ ਆਪਾਂ ਸਾਰੇ ਰਲ ਮਿਲ ਕੇ ਵਧੀਆ ਬਣਾਵਾਂਗੇ, ਬੈਠਾਂਗੇ, ਗੱਲਾਂ ਬਾਤਾਂ ਕਰਾਂਗੇ। ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਨਿੱਘੀ ਜੀ ਆਇਆਂ। ਸੋ ਤੁਹਾਨੂੰ ਵੀ ਅਸੀਂ ਜੀਆਂ ਨੂੰ ਕਹਿੰਦੇ ਹਾਂ ਹਰੀਸ਼ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਆਪਣੇ ਪਿਛੋਕੜ ਬਾਰੇ ਇੱਕ ਵਾਰੀ ਦੱਸ ਦਿਓ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਜਿਹੜੇ ਲਿਖਣੀ ਦਾ ਸਫ਼ਰ ਇਹਦੀ ਗੱਲ ਕਰਾਂਗੇ, ਪਹਿਲਾਂ ਆਪਣੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਮੇਰਾ ਜਨਮ ਸਥਾਨ ਹੈ ਜੀ ਪਟਿਆਲਾ ਪਿੰਡ ਦੇ ਨਾਲ ਹੀ ਬਿਲਕੁਲ ਘੁੱਗ ਵੱਸਦਾ ਪਿੰਡ ਹੈ, ਪਿੰਡ ਸਿਉਣਾ, ਜੀ ਤੇ 3500 ਦੀ ਆਬਾਦੀ ਵਾਲਾ ਪਿੰਡ ਹੈ। ਜੀ ਅੱਜ ਤੋਂ 45-47 ਸਾਲ ਪਹਿਲਾਂ ਇੱਥੇ ਬਰਥ ਹੋਇਆ, ਸੋ ਇੱਥੇ ਹੀ ਪੜ੍ਹੇ ਲਿਖੇ ਜੀ, 10ਵੀਂ ਕਲਾਸ ਆ ਜਿਹੜੀ ਇੱਥੋਂ ਕੀਤੀ।
जी मैनू बड़ा माण है, बड़ा खूबसूरत पिंड है मेरा सोहना जी। क्या बात है। चलो ये तो तुसी दस्सता कि 45 साल पहला तुसी इत्थे 45-46 साल पहला इत्थे थोड़ा जन्म होया, मतलब इतना थोड़ी जिहड़ी उम्र वह भी पता लग गई भी तुसी 45-46 साल दे हो, तो बड़ी वधिया तरीके नाल तुसी अपनी उम्र भी दस्सती सानूं। ते दूसरी गल हुण आपां गल करदे हां कि तुसी कित्थे वजों कैमिस्ट हो, ਤੁਹਾਡੀ ਆਪਣੀ जी ਕੈਮਿਸਟਰੀ ਦੁਕਾਨ ਹੈ, ਜਿੱਦਾਂ ਮੈਂ ਜ਼ਿਕਰ ਕੀਤਾ ਕਿ ਦਵਾਈਆਂ ਤੁਸੀਂ ਦਵਾਈਆਂ ਦੇ ਕੇ ਜਿਹੜਾ ਕਿ ਜਿਸਮਾਨੀ ਦਰਦ ਹੈ ਉਹਨੂੰ ਦੂਰ ਕਰਦੇ ਹੋ, ਤੇ ਨਾਲ ਨਾਲ ਹੀ ਤੁਸੀਂ ਹੁਣ ਆਪਣੀ ਕਲਮ ਰਾਹੀਂ ਵਧੀਆ ਗੀਤ ਤੇ ਗਜ਼ਲਾਂ ਲਿਖ ਕੇ ਸਾਨੂੰ ਰੂਹਾਨੀ ਸੁੱਖ ਵੀ ਦਿੰਦੇ ਹੋ, ਸਾਡੀ ਜਿਹੜਾ ਰੂਹਾਨੀ ਇੱਕ ਸਕੂਨ ਦਿੰਦੇ ਹੋ ਉਸ ਚੀਜ਼ ਨੂੰ। ਸੋ ਕੈਮਿਸਟ ਦੇ ਨਾਲ ਨਾਲ ਜਿਹੜਾ ਲਿਖਣ ਦਾ ਸਫ਼ਰ ਹੈ ਇਹ ਕਿੱਦਾਂ ਸ਼ੁਰੂ ਹੋਇਆ? ਬਚਪਨ ਦੇ ਵਿੱਚ ਬਾਈ ਜੀ ਜਿੱਦਾਂ ਸਪੀਕਰਾਂ ਦੇ ਵਿੱਚ ਹੈ ਨਾ ਵੱਡੇ ਵੱਡੇ ਕਲਾਕਾਰਾਂ ਦੇ ਗੀਤ ਚੱਲਦੇ ਸੀ, ਤਾਂ ਉਹਨਾਂ ਦੇ ਵਿੱਚ ਲਾਸਟ ਦੇ ਵਿੱਚ ਕਿਤੇ ਨਾ ਕਿਤੇ ਗੀਤਕਾਰ ਦਾ ਜ਼ਿਕਰ ਹੁੰਦਾ ਸੀ। ਇੱਕ ਮਨ ਦੇ ਵਿੱਚ ਤੀਬਰ ਇੱਛਾ ਹੁੰਦਾ ਸੀ ਵੀ ਜਿਸ ਤਰ੍ਹਾਂ ਮਾਨ ਮਰਾਣਾ ਵਾਲਾ, ਦੇਵ ਤਰੀਕੇ ਵਾਲਾ ਸਾਹਿਬ, ਉਸ ਤੋਂ ਬਾਅਦ ਖੰਨੇ ਵਾਲਾ, ਬਚਨ ਬੇਦਲ, ਜਸਵੀਰ ਗੁਣਾਚੌਰੀਆ, ਗੁਰਚਰਨ ਵਿਰਕ, ਸਾਰੇ ਗੀਤਕਾਰਾਂ ਦਾ, ਬੰਤ ਰਾਮਪੁਰ ਵਾਲੇ ਦਾ ਬੜਾ ਨਾਂ ਉਦੋਂ ਗਿਣਦਾ ਹੁੰਦਾ ਸੀ। ਜਿਹਨੇ ਜਦੋਂ ਸਮਝ ਆਈ ਤਾਂ ਏਦਾਂ ਮੈਂ ਕਿਹਾ ਕਿ ਸਾਡਾ ਨਾਂ ਵੀ ਇਸ ਤਰ੍ਹਾਂ ਗੂੰਜਣਾ ਚਾਹੀਦਾ, ਤੇ ਗੀਤਾਂ ਦੇ ਨਾਲ ਲਗਾਓ ਹੋ ਗਿਆ। ਇਸੇ ਤਰ੍ਹਾਂ ਵਾਚਦੇ ਵਾਚਦੇ ਹੀ ਗੀਤ ਲਿਖਣੇ ਸ਼ੁਰੂ ਕਰਤੇ, ਉਸ ਤੋਂ ਬਾਅਦ ਫਿਰ ਅਖਬਾਰਾਂ ਦੇ ਵਿੱਚ ਛਪਣੇ ਸ਼ੁਰੂ ਹੋਏ। ਅਖਬਾਰਾਂ ਦੇ ਵਿੱਚ ਅਜੀਤ ਅਖਬਾਰ, ਜਗਬਾਣੀ ਦੇ ਵਿੱਚ ਮੈਂ ਸਾਧੂ ਸਿੰਘ ਜੀ ਗਜਲੋ, ਸਾਡੇ ਸਾਧੂ ਸਿੰਘ ਹਮਦਰਦ ਜੀ ਬਹੁਤ ਅੱਛੀਆਂ ਗਜ਼ਲਾਂ ਲਿਖਦੇ ਸੀ, ਜਨਾਬ ਦੀਪਕ ਜਤੋਈ ਸਾਹਿਬ ਤੇ ਸਾਧੂ ਸਿੰਘ ਜੀ ਬੇਦਲ ਸਾਹਿਬ, ਉਹਨਾਂ ਸਾਰਿਆਂ ਦੀਆਂ ਗਜ਼ਲਾਂ ਮੈਨੂੰ ਬੜੀਆਂ ਅੱਛੀਆਂ ਲੱਗਦੀਆਂ ਸੀ। ਬਸ ਉੱਥੋਂ ਨਾਲ ਦੀ ਨਾਲ ਹੀ ਹੱਥ ਅਜਮਾਉਂਦਾ ਗਿਆ, ਜਿਸ ਤਰ੍ਹਾਂ ਉਹਨਾਂ ਦੀ ਲੇਖਣੀ ਸੀ ਉਹਨਾਂ ਦੀ ਨਕਲ ਮਾਰ ਮਾਰ ਕੇ ਸਿੱਖਦਾ ਗਿਆ। ਸੋ ਚਲੋ ਇਹ ਤਾਂ ਤੁਸੀਂ ਦੱਸਤਾ ਕਿ ਤੁਸੀਂ ਵੱਡੇ ਵੱਡੇ ਜਿਹੜੇ ਲੇਖਕ ਸੀਗੇ, ਦੀਪਕ ਜਤੋਈ ਜੀ ਹੋ ਗਏ ਜਾਂ ਫਿਰ ਉਸਤਾਦ ਦਾਮਨ ਜੀ ਹੋ ਗਏ, ਇਹਨਾਂ ਨੂੰ ਤੁਸੀਂ ਸੁਣ ਸੁਣ ਕੇ ਜਾਂ ਇਹਨਾਂ ਦੇ ਦੇਖ ਦੇਖ ਕੇ ਤੁਸੀਂ ਗਜ਼ਲਾਂ ਲਿਖਦੇ ਰਹੇ। ਕਹਿੰਦੇ ਹੁੰਦੇ ਗਜ਼ਲ ਗੋ ਜਿਹੜਾ ਹੁੰਦਾ ਉਹਨੂੰ ਇੱਕ ਗਜ਼ਲ ਦੀ ਆਪਣੀ ਵਿਧਾ ਹੁੰਦੀ ਹੈ ਲਿਖਣ ਦੀ, ਔਰ ਉਹਦੇ ਲਈ ਕਿਸੇ ਨਾ ਕਿਸੇ ਨੂੰ ਗੁਰੂ ਵੀ ਧਾਰਨਾ ਪੈਂਦਾ ਹੈ। ਕੀ ਤੁਸੀਂ ਕਿਸੇ ਨੂੰ ਗੁਰੂ ਧਾਰਿਆ ਇਸ ਖੇਤਰ ਵਿੱਚ? ਗਜ਼ਲ ਵਿਧਾ ਦੇ ਵਿੱਚ ਮੈਂ ਕਿਸੇ ਨੂੰ ਗੁਰੂ ਨਹੀਂ ਧਾਰਿਆ ਜੀ, ਬਸ ਜੀ ਦੇਖ ਦੇਖ ਕੇ। ਹਾਂ ਜਾਨੀ ਹੁਣ ਚਲੋ ਕੋਸ਼ਿਸ਼ ਜ਼ਰੂਰ ਕਰਦੇ ਹਾਂ ਸਿੱਖਣ ਦੀ, ਹੈ ਨਾ ਵੀ ਕਿਸ ਤਰ੍ਹਾਂ ਜਿੱਦਾਂ ਵੀ ਵਿਧਾ ਜੀ ਜੀ ਹੁੰਦੀ। ਜੀ ਬਾਕੀ ਜੀ ਹਰਜਿੰਦਰ ਵਾਲੇ ਦਾ ਇੱਕ ਮੈਗਜ਼ੀਨ ਚੱਲਦਾ ਹੁੰਦਾ ਸੀ ਜੀ ਮਿਊਜ਼ਿਕ ਟਾਈਮ, ਮੈਂ ਉਹਦੇ ਵਿੱਚ ਜੀ 95 ਤੋਂ ਲੈ ਕੇ 2000 ਦੇ ਵਿੱਚ ਮੇਰੀਆਂ ਕਾਫੀ ਅੱਛੀਆਂ ਉਹ ਰਚਨਾਵਾਂ ਛਪਦੀਆਂ ਵੀ ਸੀ, ਤੇ ਉਹਦੇ ਵਿੱਚ ਉਹਨਾਂ ਦਾ ਇੱਕ ਕਾਲਮ ਵੀ ਸੀ, ਉਹ ਉੱਥੇ ਪਿੰਗਲ ਤੇ ਅਰੂਜ਼ ਬਾਰੇ ਨੌਲੇਜ ਸੀ ਜਿਹੜੀ ਉਹ ਇੱਕ ਕਾਲਮ ਰਾਹੀਂ ਦਿੰਦੇ ਹੁੰਦੇ ਸੀ, ਹਰ ਮਹੀਨੇ ਜਾਨੀ ਉਹਨਾਂ ਦਾ ਕਾਲਮ ਛਪਦਾ ਸੀ। ਜੀ ਉੱਥੋਂ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰੀ, ਬਾਲ ਸਾਹਿਬ ਨਾਲ ਮੇਰਾ ਬਹੁਤ ਜ਼ਿਆਦਾ ਪ੍ਰੇਮ ਸੀ ਜੀ, ਕਿਉਂਕਿ ਮੈਂ ਉਹਨਾਂ ਦਾ ਉਹ ਐਜ਼ ਏ ਪੱਤਰਕਾਰ ਵੀ ਮੈਂ ਉਹਨਾਂ ਦੇ ਮੈਗਜ਼ੀਨ 'ਚ ਕੰਮ ਕਰਦਾ ਸੀ, ਜੀ ਤੇ ਮੈਨੂੰ ਲਿਖਣੀ ਉਹਨਾਂ ਦੀ ਕਾਫੀ ਅੱਛੀ ਲੱਗਦੀ ਸੀ ਜੀ। ਜੀ ਸੋ ਚਲੋ ਇਹ ਤਾਂ ਤੁਸੀਂ ਦੱਸਤਾ, ਤੇ ਨਾਲ ਨਾਲ ਤੁਸੀਂ ਹੁਣ ਇਹ ਵੀ ਸਾਨੂੰ ਦੱਸੋ ਵੀ ਤੁਸੀਂ ਜਿਹੜੇ ਤੁਹਾਡੇ ਗੀਤ ਹੈ ਉਹ ਮਤਲਬ ਕਿੰਨੇ ਕੁ ਗੀਤ, ਜਿੱਦਾਂ ਮੈਂ ਜ਼ਿਕਰ ਕੀਤਾ ਕਿ ਜਿੰਨਾ ਮੈਨੂੰ ਪਤਾ ਸੀ ਵੀ 150 ਗੀਤ ਤੁਹਾਡਾ ਹੁਣ ਤੱਕ ਰਿਕਾਰਡ ਹੋ ਚੁੱਕਿਆ ਹੈ, ਪਰ ਅਸੀਂ ਜਾਣਨਾ ਚਾਹਾਂਗੇ ਵੀ ਅਸਲੀਅਤ 'ਚ ਕਿੰਨੇ ਗੀਤ ਰਿਕਾਰਡ ਹੋਏ ਨੇ, ਤੇ ਔਰ ਉਹਦੇ ਨਾਲ ਕਿਹੜੇ ਜਿਹੜੇ ਗਾਇਕ ਸੀ ਜਿਨ੍ਹਾਂ ਨੇ ਤੁਹਾਡੇ ਗੀਤਾਂ ਨੂੰ ਗਾਇਆ? ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਜੀ ਕਿ ਗੀਤਕਾਰੀ ਦੇ ਜੀ ਵਿੱਚ ਮੈਂ ਬਚਨ ਬੇਦਲ ਨੂੰ ਆਪਣਾ ਉਸਤਾਦ ਮੰਨਦਾ ਜੀ, ਮੈਂ ਉਹਨਾਂ ਨੂੰ ਕਿਆ ਮਿਲਿਆ ਵੀ ਬਾਤ ਹਾਂ ਹੈ, ਕਈ ਵਾਰ ਜੀ, ਕਿਆ ਬਾਤ ਹੈ ਤੇ ਛੰਦ ਦੀ ਵਿਧਾ ਜਿਹੜੀ ਛੰਦਾਂ ਦੀ ਜਾਣਕਾਰੀ ਹੈ ਉਹ ਸਾਡੇ ਉਸਤਾਦ ਜੀ ਜੀ ਨੇ ਦਰਸ਼ਨ ਸਿੰਘ ਜੀ ਭੰਮੇ ਜੀ ਤਲਵੰਡੀ ਸਾਬੋ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਜੀ, ਉਹਨਾਂ ਤੋਂ ਵਿਦਿਆ ਗ੍ਰਹਿਣ ਕਰੀ ਆ, ਜਾਨੀ ਜਿਸ ਤਰ੍ਹਾਂ ਜੀ ਫੇਸਬੁੱਕ ਤੇ ਸਾਡੇ ਪੇਜ ਬਣੇ ਹੋਏ ਸੀ ਉੱਥੋਂ ਸਿੱਖਦੇ ਰਹੇ, ਉਹ ਛੰਦਾਂ ਦਾ ਜੀ ਗਰੁੱਪ ਚਲਾਉਂਦੇ ਸੀ, ਵਿਦਿਆ ਉਹਨਾਂ ਤੋਂ ਸਿੱਖੀ ਹੈ ਜੀ, ਤੇ ਉਸਤਾਦ ਜੀ ਚਰਕ ਸੰਗਤ ਜੀ ਨੇ ਸਾਡੇ ਪੁਰਾਣੇ ਰਾਈਟਰ ਨੇ ਬਹੁਤ ਅੱਛੇ,
ਸਾਡੇ ਬੜੇ ਸਤਿਕਾਰਯੋਗ ਨੇ ਜੀ, ਉਹਨਾਂ ਤੋਂ ਜੀ ਗੀਤਾਂ ਬਾਰੇ ਹਲੇ ਵੀ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ ਅਸੀਂ, ਹੈ ਨਾ ਜੀ, ਉਹ ਗਰੁੱਪ ਕਿਆ ਚਲਾਉਂਦੇ ਬਾਤ ਨੇ ਤੇ ਜੀ, ਬਾਕੀ ਮੇਰਾ ਹੁਣ ਤੱਕ 100-150 ਦੇ ਕਰੀਬ ਗੀਤ ਰਿਕਾਰਡ ਹੋ ਚੁੱਕਾ ਜਿਹਦੇ ਵਿੱਚੋਂ 40-50 ਗੀਤ ਧਾਰਮਿਕ ਵੀ ਨੇ ਤੇ 100 ਕੁ ਗੀਤ ਕਮਰਸ਼ੀਅਲ ਹੈ ਜੀ। ਜੀ ਜੇ ਆਪਾਂ ਕਿਹਨਾਂ ਨੇ ਗਾਇਆ ਗੱਲ ਕਰੀਏ ਤਾਂ ਮੈਂ ਤਕਰੀਬਨ ਹਰ ਵਾਰੀ ਸਾਰਿਆਂ ਦੇ ਨਾਮ ਭੁੱਲ ਜਾਂਦਾ ਜੀ, ਅੱਜ ਕੋਸ਼ਿਸ਼ ਕਰੂੰਗਾ ਕਿ ਸਾਰਿਆਂ ਦੇ ਨਾਮ ਇੱਥੇ ਲੈ ਜਾਂ। ਚਲੋ ਕੋਈ ਨਹੀਂ, ਤੁਸੀਂ ਦੱਸ ਦਿਓ। ਸ਼ੁਰੂ ਦੇ ਵਿੱਚ ਜਦੋਂ ਗੀਤ ਹੋਏ ਸੀ ਜੀ, ਇੱਕ ਨੌਜਵਾਨ ਗਾਇਕ ਸੀ ਸੋਮਨਾਥ ਜੋਗੀਪੁਰੀ, ਜੀ ਉਹਨੇ ਮੇਰੇ ਕੈਸਟ ਯਾਨੀ ਇਸ ਮੇਰੇ 1995 ਦੇ ਵਿੱਚ ਪਹਿਲੇ ਗੀਤ ਰਿਕਾਰਡ ਹੋਏ ਸੀ, ਉਹਦੀ ਕੈਸਟ ਆਈ ਸੀ ਹੰਝੂਆਂ ਭਰੀ ਵਿਦਾਇਗੀ, ਜਿਹਦੇ ਟਾਈਟਲ ਸਮੇਤ ਮੇਰੇ 3 ਗੀਤ ਸੀ। ਉਸ ਤੋਂ ਬਾਅਦ ਲੱਕੀ ਸਿੰਘ, ਇਹਨਾਂ ਦੀ ਜੀ ਕੈਸਟ ਆਈ ਸੀ ਸੁਣੀਆਂ ਦੀਆਂ ਮੁੰਦੀਆਂ, ਉਹਦੇ ਵਿੱਚ ਜੀ ਮੇਰੇ ਟਾਈਟਲ ਸਮੇਤ 3-4 ਗੀਤ ਸੀ ਜੀ। ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਹੋਰ ਕਾਫੀ ਗੀਤ ਗਾਏ ਨੇ, ਧਾਰਮਿਕ ਵੀ ਗਾਏ ਨੇ ਹੋਰ ਵੀ ਗਾਏ ਨੇ। ਜੀ ਉਹਨਾਂ ਤੋਂ ਬਾਅਦ ਪਰਮਿੰਦਰ ਔਲਖ ਸੀ ਜੀ, ਅੱਜ ਕੱਲ੍ਹ ਵੀਰ ਜੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੇ ਵੀ ਮੇਰੇ ਗੀਤ ਗਾਏ ਸੀ, ਉਹਨਾਂ ਦੀ ਕੈਸਟ ਦਾ ਟਾਈਟਲ ਵੀ ਇੱਜ਼ਤ ਟਾਈਟਲ ਦੇ ਨਾਲ ਹੈਡ ਸੀ। ਉਸ ਤੋਂ ਬਾਅਦ ਜੀ ਸੋਨੂੰ ਵਿਰਕ ਜੀ ਨੇ ਗਾਇਆ ਸੀ ਜੀ, ਹੋ ਗਏ ਨਹਿਰ ਵਾਲੇ ਪੁਲ ਉੱਤੇ ਟਾਕਰੇ ਜੱਟਾਂ ਦੇ, ਸੁਣ ਜੱਟੀ ਲਲਕਾਰਾ ਬੋਤਲ ਪੀਂਦੇ ਦਾ, ਜੀ ਤੇ ਭਾਬੀ ਤੇ ਹੋਰ ਧਾਰਮਿਕ ਗੀਤ ਉਹਨਾਂ ਨੇ ਵੀ ਗਾਏ ਸੀ, ਸੋਨੂੰ ਵਿਰਕ, ਸੋਨੂੰ ਬੋਪਾ ਰਾਏ। ਉਸ ਤੋਂ ਬਾਅਦ ਜੀ ਜੀ ਸੁਦੇਸ਼ ਕੁਮਾਰੀ, ਗੁਰਮੀਤ ਮੀਤ, ਇਹਨਾਂ ਨੇ ਡਿਊਟ ਗੀਤ ਕਰਿਆ ਸੀ ਜੀ। ਅਨੀਤਾ ਸਮਾਣਾ ਦੇ ਨਾਲ ਗੁਰਜੀਤ ਸਿੰਘ, ਲੱਕੀ ਸੀ ਮੁੰਡਾ ਜੀ ਲੱਕੀ, ਉਹਨਾਂ ਨੇ ਕਰਿਆ ਸੀ ਜੀ। ਜੀ ਤੇ ਸੰਧੂ ਸੀ ਮੁੰਡਾ ਇੱਕ ਮੇਰਾ ਛੋਟਾ ਵੀਰ, ਉਹਨੇ ਵੀ ਇੱਕ ਗੀਤ ਕਰਿਆ ਸੀ ਸਨਾ ਭਾਰਤੀ ਕੁੜੀ ਦੇ ਨਾਲ, ਬਾਈ ਬੀ ਐਸ ਜੀ ਜੀ ਗੁੱਡੂ, ਉਹਨਾਂ ਨੇ ਵੀ ਇੱਕ ਗੀਤ ਕਰਿਆ ਸੀ। ਬਾਜ ਸਿੰਘ ਬਾਜ ਦੇ ਸੁਖਵਿੰਦਰ ਸੁੱਖੀ ਨੇ ਗੀਤ ਕਰਿਆ ਸੀ, ਜੋਤੀ ਗਿੱਲ ਨੇ ਗੀਤ ਕਰਿਆ ਸੀ ਜੀ ਬਠਿੰਡੇ ਤੋਂ, ਜੀ ਤੇ ਇੱਕ ਚਮਕ ਚਮਕੀਲਾ ਜੀ ਦੇ ਨਾਲ ਅਮਨਜੋਤ ਜੀ ਨੇ ਬਠਿੰਡੇ ਤੋਂ, ਉਹਨਾਂ ਨੇ ਵੀ ਇੱਕ ਗੀਤ ਕਰਿਆ ਸੀ ਧਾਰਮਿਕ ਗੀਤ ਵਿਸਾਖੀ ਜੀ। ਉਸ ਤੋਂ ਜੀ ਬਾਅਦ ਚੀਤਾ ਪਵਾਰ ਹੈ ਮੁੰਡਾ ਲੁਧਿਆਣੇ ਤੋਂ, ਉਸਦੀ ਕੈਸਟ ਦੇ ਟਾਈਟਲ ਸਮੇਤ ਮੇਰੇ ਕਾਫੀ ਗੀਤ, 7-8 ਗੀਤ ਉਹਨਾਂ ਦੀ ਆਵਾਜ਼ ਚ ਆਏ ਸੀ ਜੀ। ਜੀ ਤੇ ਬਾਕੀ ਜੇ ਆਪਾਂ ਇੱਕ ਕੁੜੀ ਸੀ ਰਿੰਪੀ ਗਿੱਲ, ਤਾਨੀਆ ਗਿੱਲ, ਇਹਨਾਂ ਕੁੜੀਆਂ ਨੇ ਵੀ ਜੀ ਮੇਰੇ ਗੀਤ ਗਾਏ, ਜੀ ਅਨੀਤਾ ਜੀ ਜੀ ਸਮਾਣਾ ਨੇ ਵੀ ਗਾਏ। ਤੇ ਉਸ ਤੋਂ ਬਾਅਦ ਕੁਛ ਗੀਤ ਮੈਂ ਆਪਣੀ ਆਵਾਜ਼ ਚ ਵੀ ਉਸ ਟਾਈਮ ਵੀ ਮੈਂ ਗੀਤ ਕਰੇ ਸੀ ਜੀ, ਕੁੜੀ ਸਨਾ ਭਾਰਤੀ ਸੀ ਡਿਊਟ ਆਏ ਸੀ। ਉਸ ਤੋਂ ਬਾਅਦ ਜਦੋਂ ਜੀ ਨਵਾਂ ਦੌਰ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਵਿੱਕੀ ਸੀ ਨਾ ਮੇਰੇ ਪਿੰਡੋਂ ਹੀ, ਮੇਰਾ ਛੋਟਾ ਭਰਾ ਆਈ ਆ, ਜੀ ਉਹਨੇ ਕੈਸਟ ਗੀਤ ਸੰਯੋਗ। ਉਸ ਤੋਂ ਬਾਅਦ ਸੋਹਣੇ ਸੁਪਨੇ, ਜਿਹੜੀ ਲੱਖਾਂ ਦੀ ਤਾਦਾਦ ਦੇ ਵਿੱਚ ਰੀਲ ਹੈ ਜਿਹੜੀ ਬਣੀ, ਬਹੁਤ ਅੱਛਾ ਗੀਤ ਚੱਲਿਆ ਉਹਨਾਂ ਦਾ, ਤੈਨੂੰ ਰੱਬ ਜੀ ਰਾਜੀ ਜੀ ਜੀ ਰੱਖੇ ਗਾਉਣ ਵਾਲਿਆਂ। ਤੇ ਜੀ ਨਾਲ ਹੀ ਹਰਪ੍ਰੀਤ ਖਰੌੜ ਹੈ ਮੇਰਾ ਵੀਰ, ਉਹਨੇ ਗੀਤ ਗਾਇਆ ਸੀ ਚੰਨ ਨੂੰ ਚਕੋਰ, ਉਹ ਵੀ ਕਾਫੀ ਅੱਛਾ ਗੀਤ ਵਿਕਿਆ ਸੀ ਜੀ। ਫਿਰ ਉਹਨੇ ਜੀ ਛੱਲਾ ਉੱਡ ਚੱਲਿਆ ਸੰਦੇਸ਼, ਤੇ ਮੁਰਗਾਬੀ ਚਾਲ, ਹੀਨਾ, ਕਾਫੀ ਅੱਛੇ ਗੀਤ ਨੇ ਜਿਹੜੇ ਕਰੇ ਉਹਨਾਂ ਨੇ, ਚੰਨ ਨੂੰ ਚਕੋਰਾਂ 2 ਵੀ ਅਸੀਂ ਕਰਿਆ। ਤੇ ਉਸ ਤੋਂ ਬਾਅਦ ਇੱਕ ਮੁੰਡਾ ਪਾਰਸ, ਕਾਫੀ ਅੱਛਾ ਮਿਊਜ਼ਿਕ ਵੀ ਕਰਦਾ, ਪਾਰਸ ਬਾਬਾ, ਉਹਨਾਂ ਨੇ ਵੀ ਆਪਣੀ ਆਵਾਜ਼ 'ਚ ਇੱਕ ਗੀਤ ਕਰਿਆ ਸੀ, ਜੀ ਤੇ ਕਾਫੀ ਅੱਛਾ ਰਿਸਪੋਂਸ ਸੀ ਉਹਨਾਂ ਦਾ। ਤੇਰਾ ਇੰਨਾ ਸੀ ਯਕੀਨ, ਜਦੋਂ ਟੁੱਟਿਆ ਯਕੀਨ ਤਾਂ ਯਕੀਨ ਹੀ ਨਹੀਂ ਆਇਆ। ਕਿਆ ਬਾਤ ਤੇ ਹੈ ਹੁਣ ਲੇਟੈਸਟ ਗੈਵੀ ਸਿੰਘ ਆ ਮੁੰਡਾ, ਉਹ ਵੀ ਕਾਫੀ ਅੱਛੇ ਗੀਤ ਨੇ ਜਿਹੜੇ ਕਰ ਰਿਹਾ। ਤੇ ਜੀ ਜੀ ਬਾਕੀ ਹਲੇ ਸਫ਼ਰ ਜਾਰੀ ਆ ਜੀ, ਹੋਰ ਨਵੇਂ ਗੀਤ ਨੇ ਜਿਹੜੇ ਇਸ ਤਰ੍ਹਾਂ, ਮੇਰੇ ਖਿਆਲ ਹੁਣ ਵੀ ਹਲੇ ਵੀ ਕਿਸੇ ਦਾ ਨਾਮ ਭੁੱਲ ਨਾ ਗਿਆ ਹੋਵਾਂ। ਚਲੋ ਕੋਈ ਨੀ, ਜੇ ਯਾਦ ਆਏਗਾ ਆਪਾਂ ਫਿਰ ਉਹਦਾ ਜ਼ਿਕਰ ਕਰ ਲਾਂਗੇ ਬਾਅਦ ਚ। ਜੀ 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 ਕਲਾਕਾਰ 35-40 ਤਾਂ ਕਲਾਕਾਰ ਹੀ ਹੋ ਗਏ ਜੀ। ਜੀ ਪਰ ਇਹ ਵੀ ਹੈ ਕਿ ਤੁਸੀਂ ਆਪ ਵੀ ਗਾ ਲੈਂਦੇ ਹੋ ਔਰ ਵਧੀਆ ਤੁਸੀਂ ਆਪਣੇ ਗੀਤ ਗਾਏ ਵੀ ਹੈ, ਡੁਇਟ ਵੀ ਗਾਇਆ ਜੇ ਆਪਾਂ ਗੱਲ ਕਰ ਲਈਏ, ਔਰ ਤੁਹਾਡੇ ਗੀਤਾਂ ਦੇ ਨਾਲ ਨਾਲ ਹੁਣ ਤੁਸੀਂ ਪਹਿਲੀ ਵਾਰ
ਆਪਣੇ ਜਿਹੜੇ ਸਾਹਿਤ ਵਿੱਚ ਆਪਣੀ ਪਹਿਲੀ ਕਿਤਾਬ ਤੁਸੀਂ ਕੱਢ ਰਹੇ ਹੋ, ਕਿਉਂਕਿ ਹੁਣ ਤੱਕ ਤੁਸੀਂ ਉੱਦਾਂ ਗੀਤ ਇੱਕ ਅੱਧਾ ਲਿਖ ਕੇ ਕਰਦੇ ਸੀ, ਲੇਕਿਨ ਕਿਤਾਬ ਤੁਹਾਡੀ ਪਹਿਲੀ ਆ ਰਹੀ ਹੈ, ਔਰ ਇਸ ਕਿਤਾਬ ਦਾ ਜਿਹੜਾ ਟਾਈਟਲ ਤੁਸੀਂ ਰੱਖਿਆ ਉਹ ਬੜਾ ਹੀ, ਜਿੱਦਾਂ ਜਦੋਂ ਬੰਦਾ ਸੋਚਦਾ ਨਾ ਅੰਬੀਆਂ ਦੀ ਗੱਲ ਕਰਦਾ ਤਾਂ ਫਿਰ ਉਹੀ ਅੰਬ ਚੇਤੇ ਆਉਂਦੇ, ਤਾਂ ਅੰਬ ਦੇ ਜਿਹੜੇ ਪੇੜ ਆ ਉਹ ਚੇਤੇ ਆਉਂਦੇ, ਉੱਥੇ ਛੋਟੀ ਛੋਟੀ ਲੱਗੀਆਂ ਅੰਬੀਆਂ ਚੇਤੇ ਆਉਣੀਆਂ, ਪਰ ਤੁਸੀਂ ਨਾਂ ਰੱਖਿਆ ਅੱਕ ਦੀਆਂ ਅੰਬੀਆਂ। ਇਹ ਨਾਂ ਤੁਹਾਡੇ ਜ਼ਿਹਨ ਚ ਕਿੱਦਾਂ ਆਇਆ ਵੀ ਮੈਂ ਅੱਕ ਦੀਆਂ ਅੰਬੀਆਂ ਨਾਂ ਰੱਖਾਂ ਇਸ ਜਿਹੜੀ ਪਹਿਲੀ ਤੁਹਾਡੀ ਕਿਤਾਬ ਆ ਰਹੀ ਹੈ? ਇਹ ਵੀ ਪਹਿਲਾਂ ਗੀਤ, ਇਹ ਅਸਲ ਚ ਗੀਤ ਹੈ ਜੀ, ਜੀ ਸਾਹਿਤਕ ਤੇ ਕਮਰਸ਼ੀਅਲ ਗੀਤ ਦਾ ਸੁਮੇਲ ਕਰਿਆ ਸੀ ਮੈਂ ਜੀ, ਜੀ ਉਹਦਾ ਨਾਂ ਰੱਖਿਆ ਸੀ ਅੱਕ ਦੀਆਂ ਅੰਬੀਆਂ ਜੀ। ਜੀ ਇਸ਼ਕ ਤੇਰਾ ਅੱਕ ਦੀਆਂ ਅੰਬੀਆਂ, ਜਿਉਂ ਚੰਮ ਨੂੰ ਛਿੱਲਦੀਆਂ ਰੰਬੀਆਂ। ਜੀ ਇਸ਼ਕ ਤੇਰਾ ਅੱਕ ਦੀਆਂ ਅੰਬੀਆਂ, ਜਿਉਂ ਚੰਮ ਨੂੰ ਛਿੱਲਦੀਆਂ ਰੰਬੀਆਂ। ਇਸ਼ਕ ਤੇਰਾ ਰੂਹ ਦਾ ਰੇਤਾ, ਵਸਲ ਦੀਆਂ ਵਗਦੀਆਂ ਬੰਬੀਆਂ। ਇਸ਼ਕ ਤੇਰਾ ਮਹਿੰਗੇ ਜੇ ਮੁੱਲ ਦਾ, ਤੇ ਤੰਗੀਆਂ ਨੇ ਜਿੰਦੜੀਆਂ ਝੰਬੀਆਂ। ਇਸ਼ਕ ਤੇਰਾ ਉੱਚੜਾ ਵੀ ਟੀਸੀ, ਤੇ ਰਾਹਾਂ ਰੱਬ ਤੋਂ ਵੀ ਲੰਬੀਆਂ। ਇਸ਼ਕ ਤੇਰਾ ਅੱਕ ਦੀਆਂ ਅੰਬੀਆਂ। ਗੱਲ ਇਸ਼ਕ ਦੀ ਕਿਆ ਸੀ ਬਾਤ, ਵੀ ਇਸ਼ਕ ਤੇਰਾ ਜਿਹੜੀ ਇੰਨਾ ਕੌੜਾ ਹੈ, ਅੱਕ ਦੀ ਅੰਬੀ ਵਰਗਾ ਕੌੜਾ ਹੈ, ਤੇ ਤੁਸੀਂ ਖਾਣਾ ਵੀ ਉਸੇ ਮੁਸ਼ਕਲ ਹੈ ਉਸੇ ਚੀਜ਼ ਤੇ ਲਗਾਉਣਾ ਵੀ ਮੁਸ਼ਕਲ ਹੈ ਨਾ। ਵਾਕਈ ਜਿਹੜਾ ਇਸ਼ਕ ਹੈ ਉਹ ਬੜਾ ਬੜਾ ਮੁਸ਼ਕਲ ਹੁੰਦਾ ਹੈ, ਤੇ ਔਰ ਬਹੁਤ ਵਧੀਆ ਤੁਸੀਂ ਟਾਈਟਲ ਰੱਖਿਆ। ਤੇ ਇਸ ਤੋਂ ਪਹਿਲਾਂ ਕਿ ਆਪਾਂ ਹੁਣ ਅੱਗੇ ਵਧੀਏ, ਮੈਂ ਚਾਹਾਂਗਾ ਜਿਹੜੀ ਤੁਹਾਡੀ ਕਿਤਾਬ ਹੈ ਉਹ ਵੀ ਆਪਾਂ ਅੱਜ ਇੱਥੇ ਯੂਰਪ ਵਿੱਚ ਆਪਾਂ ਗੱਲ ਕਰ ਲਈਏ, ਇੰਗਲੈਂਡ ਚ ਗੱਲ ਕਰ ਲਈਏ, ਆਪਾਂ ਇਹਨੂੰ ਲੋਕ ਅਰਪਣ ਕਰ ਲਈਏ, ਕਿਉਂਕਿ ਇਹ ਕਿਤਾਬ ਨੇ ਬਹੁਤ, ਹਾਂਜੀ ਪਹਿਲੀ ਵਾਰੀ ਇਹ ਤੁਸੀਂ ਕਿਤਾਬ ਲੈ ਕੇ ਆ ਰਹੇ ਹੋ। ਸੋ ਪਿਆਰ ਦਰਸ਼ਕੋ, ਆਪਾਂ ਇਸ ਕਿਤਾਬ ਨੂੰ ਅੱਜ ਲੋਕ ਅਰਪਣ ਕਰਨ ਜਾ ਰਹੇ ਹਾਂ। ਹਰੀਸ਼ ਪਟਿਆਲ ਜੀ ਸਾਡੇ ਨਾਲ ਹੈ, ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਕਿਤਾਬ, ਵੈਸੇ ਅਸੀਂ ਸਕਰੀਨ ਤੇ ਵੀ ਦਿਖਾ ਰਹੇ ਹਾਂ ਇਸ ਕਿਤਾਬ ਨੂੰ, ਤੇ ਇਹ ਕਿਤਾਬ ਜਿਹੜੀ ਆਈ ਹੈ ਸਾਡੇ ਕੋਲ ਪਹੁੰਚੀ ਹੈ, ਤੇ ਲਓ ਜੀ ਇਹ ਹੈਗੀ ਕਿਤਾਬ ਅੱਕ ਦੀਆਂ ਆਉਂਦੀਆਂ। ਸੋ ਹਰੀਸ਼ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਹੀ ਦਰਸ਼ਕਾਂ ਵੱਲੋਂ ਪਲੱਸ ਪੀਵੀਸੀ ਵੱਲੋਂ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਕਿਤਾਬ ਦੀਆਂ ਕਿ ਜਿਹੜੀਆਂ ਅੱਕ ਦੀਆਂ ਅੰਬੀਆਂ, ਪਰ ਦਰਸ਼ਕੋ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਅੱਕ ਦੀਆਂ ਅੰਬੀਆਂ ਜੋ ਆ ਚੁੱਕੀਆਂ ਨੇ ਇਹ ਕਿਤਾਬ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਕਿਤਾਬ ਦੀਆਂ ਜੀ ਹਰੀਸ਼ ਜੀ। ਇਸ ਤੋਂ ਪਹਿਲਾਂ ਆਪਾਂ ਅੱਗੇ ਅੱਗੇ ਵਧੀਏ, ਮੈਂ ਚਾਹਾਂਗਾ ਕਿ ਤੁਸੀਂ ਇਸ ਕਿਤਾਬ ਵਿੱਚੋਂ ਆਪਣਾ ਕੋਈ ਗੀਤ ਜਾਂ ਗਜ਼ਲ ਸਾਡੇ ਨਾਲ ਅੱਜ ਸ਼ੁਰੂਆਤ ਕਰ ਦਿਓ, ਤਾਂ ਕਿ ਜਿਹੜੇ ਸਾਡੇ ਦਰਸ਼ਕ ਉਹ ਪਰ ਪਤਾ ਲੱਗ ਸਕੇ ਵੀ ਇਸ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦੇ ਗੀਤ ਤੇ ਗਜ਼ਲਾਂ ਨੇ। ਬਹੁਤ ਵੱਡੇ ਧੰਨਵਾਦ ਜੀ, ਤੁਸੀਂ ਬੜੇ ਖੂਬਸੂਰਤ ਮੁਹੱਬਤ ਦੇ ਨਜ਼ਰਾਨੇ ਦੇ ਲਈ ਬੜੇ ਸ਼ੁਕਰਾਨੇ। ਤੁਸੀਂ ਬਹੁਤ ਵੱਡੇ ਲੈਵਲ ਤੇ ਇਸ ਕਿਤਾਬ ਨੂੰ ਵਿਦੇਸ਼ਾਂ ਦੇ ਵਿੱਚ ਰਿਲੀਜ਼ ਕੀਤਾ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ, ਜੀ ਬੜੇ ਧੰਨਵਾਦ। ਸਾਨੂੰ ਜੀ ਕਹਿੰਦੇ ਜੀ, ਥੈਂਕ ਯੂ ਜੀ। ਕਿਤਾਬ ਦੇ ਵਿੱਚ ਇੱਕ ਗੀਤ ਸਾਂਝੀ ਕਰ ਰਹੇ ਹਾਂ ਜੀ, ਜਿੰਦੇ ਮੇਰੀ ਜਿੰਦੇ ਮੇਰੀ ਹੈ, ਕਿਆ ਬਾਤ, ਆ ਜਾਓ। ਇੱਕ ਲਾਵੇਂ ਇੱਕ ਪਾਵੇਂ, ਸ਼ੀਸ਼ਾ ਖੂਬ ਚਮਕਾਵੇਂ, ਆਹਾ ਦਿਨ ਰਾਤ ਹੀ ਕਮਾਵੇਂ, ਖੂਬ ਬਣਤਾ ਬਣਾਵੇਂ, ਗੱਲ ਸੁਣੇ ਨਾ ਸੁਣਾਵੇਂ, ਬਸ ਆਪਣੀ ਚਲਾਵੇਂ, ਅੰਤ ਖਾਕ ਮਿਲ ਜਾਣਾ ਮਿੱਟੀ ਦੀਏ ਢੇਰੀਏ, ਸੁੱਤੀ ਪਈ ਦਾ ਵਸਾ ਨੀ ਤੇਰਾ ਜਿੰਦ ਮੇਰੀਏ, ਸੁੱਤੀ ਪਈ ਦਾ ਵਸਾ ਨੀ ਤੇਰਾ ਜਿੰਦ, ਕਿਆ ਬਾਤ ਹੈ। ਦਾਦਾ ਪੋਤੇ ਦੇ ਲਈ ਜੋੜ ਜੋੜ ਰੱਖਦਾ ਸਕੀਮਾਂ, ਬਸ ਔਂਗਲਾਂ ਤੇ ਲਾਉਂਦਾ ਜਰਬਾਂ ਤੇ ਤਕਸੀਮਾਂ, ਸਾਰੀ ਉਮਰ ਗਵਾਰੀ ਮਿੱਦ ਮਿੱਦ ਕੇ ਹੀ ਢੀਮਾਂ, ਨਾ ਕੋਈ ਚੱਲਣੀ ਚਲਾਕੀ ਬਾਲੀ ਹੇਰਾ ਫੇਰੀਏ, ਸੁੱਤੀ ਪਈ ਦਾ ਵਸਾ ਨੀ ਤੇਰਾ ਜਿੰਦ ਮੇਰੀਏ, ਸੁੱਤੀ ਪਈ ਦਾ ਵਸਾ ਨੀ ਤੇਰਾ ਜਿੰਦ ਮੇਰੀਏ। ਹੱਥ ਤਾਰਿਆਂ ਨੂੰ ਪਾਵੇਂ, ਬਹਿ ਕੇ ਉੱਡਣ ਖਟੋਲੇ, ਪਰ ਖੁਦ ਹੀ ਗਵਾਚ ਗਿਆ ਖੁਦ ਨੂੰ ਹੀ ਟੋਲੇ, ਲੱਗੇ ਧਰਤੀ ਨਾ ਪੈਰ ਰੱਖੇ ਪੈਰਾਂ ਚ ਵਰੋਲੇ,
ਉੱਠ ਜਾਗ ਤਾਂ ਪੰਜ ਹੀ ਚੋਰ ਘੇਰ ਚੱਲੀਏ, ਸੁੱਤੀ ਪਈ ਦਾ ਵਸਾਹ ਨੀ ਤੇਰਾ ਜਿੰਦ ਮੇਰੀ ਹੈ। ਕਿਆ ਇੱਥੇ ਰਹਿ ਜਾਣੇ ਮਹਿਲ ਉੱਚੇ ਉੱਚੇ ਜਾਵੇਂ ਗੁੰਦੀ, ਮਾਰ ਅੰਦਰ ਨਿਗਾਹ ਵੀ ਅੱਖਾਂ ਖੋਲ ਬੈਠਾ ਮੁੰਦੀ, ਹਰੀਸ਼ ਭੋਲਿਆ ਕੱਫਣ ਨੂੰ ਤਾਂ ਜੇਬ ਵੀ ਨੀ ਹੁੰਦੀ, ਹੱਥੋਂ ਸਾਹਾਂ ਦੀ ਪੂੰਜੀ ਨੂੰ ਰੇਤੇ ਵਾਂਗ ਕੇਰੀਏ, ਸੁੱਤੀ ਪਈ ਦਾ ਵਸਾਹ ਨੀ ਤੇਰਾ ਜਿੰਦ ਮੇਰੀਏ, ਸੁੱਤੀ ਪਈ ਦਾ ਵਸਾਹ ਨੀ ਤੇਰਾ ਜਿੰਦ ਮੇਰੀਏ। ਕਿਆ ਬਾਤ ਹੈ ਜੀ, ਵਾਕਈ ਬਹੁਤ ਬਹੁਤ ਹੀ ਵਧੀਆ ਤੁਹਾਡੀ ਇਹ ਜਿਹੜੀ ਤੁਹਾਡਾ ਗੀਤ ਸੀਗਾ, ਬਹੁਤ ਵਧੀਆ ਕਿ ਸੁੱਤੀ ਪਈ ਦਾ ਨਹੀਂ ਵਸਾ ਜਿੰਦ ਮੇਰੀ ਹੈ। ਵਾਕਈ ਸੱਚੀ ਗੱਲ ਹੈ, ਜਿੰਦ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ, ਇਹ ਜਿਹੜੇ ਸਾਹ ਚੱਲਦੇ ਆ ਕਦੋਂ ਮੁੱਕ ਜਾਣੇ ਆ ਇਹਦਾ ਕੁਛ ਨਹੀਂ ਪਤਾ ਹੁੰਦਾ। ਹਰੀਸ਼ ਜੀ, ਤੁਹਾਡੀ ਜਿਸ ਤਰ੍ਹਾਂ ਤੁਸੀਂ ਲਿਖਦੇ ਹੋ, ਤੁਹਾਡੇ ਜਿਹੜੇ ਜਿਹੜੇ ਗੀਤ ਲਿਖੇ ਆ ਉਹਦੇ ਪਰ ਰੀਲਾਂ ਬਹੁਤ ਬਣਦੀਆਂ, ਤਕਰੀਬਨ ਲੱਖਾਂ ਦੇ ਹਿਸਾਬ ਨਾਲ ਗੀਤ ਜਿਹੜੇ ਗਾਏ ਆ ਉਹਦੇ ਪਰ ਰੀਲਾਂ ਬਹੁਤ ਬਣੀਆਂ, ਬਣ ਵੀ ਰਹੀਆਂ ਨੇ ਜਿਹੜੀਆਂ ਆਪਾਂ ਜੇ ਗੱਲ ਕਰੀਏ। ਤੁਸੀਂ ਹੁਣੀ ਹੁਣੀ ਇੱਕ ਰੱਬ ਨੂੰ ਲੈ ਕੇ ਇੱਕ ਗੱਲ ਲਿਖੀ ਸੀਗੀ, ਮੈਂ ਚਾਹਾਂਗਾ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰੋ, ਕਿਉਂਕਿ ਉਸ ਜਦੋਂ ਆਪਾਂ ਉਸ ਚੀਜ਼ ਨੂੰ ਸੁਣਦੇ ਹਾਂ ਨਾ ਤਾਂ ਬਾਕੀ ਉਸ ਜਿਹੜੀ ਜਿਹੜੀ ਡੂੰਘਾਈ ਹੈ, ਉਸ ਚ ਗਹਿਰਾਈ ਹੈ, ਉਹ ਬਹੁਤ ਜ਼ਿਆਦਾ ਹੈ ਉਸ ਗੱਲ ਚ, ਤੇ ਮੈਂ ਚਾਹਾਂਗਾ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਪਿੱਛੇ ਜੀ ਇੱਕ ਸ਼ੇਅਰ ਸੀ ਜੀ, ਕਾਫੀ ਚਰਚਾ ਚ ਰਿਹਾ, ਉਹ ਚਾਰ ਪੰਜ ਲਾਈਨਾਂ ਦਾ ਹੀ ਸ਼ੇਅਰ ਸੀ ਜੀ, ਉਸੇ ਸ਼ੇਅਰ ਦੀ ਗੱਲ ਕਰ ਰਿਹਾ ਕਿਉਂਕਿ ਉਹ ਕਾਫੀ ਚਰਚਾ ਚ ਰਿਹਾ ਸੀ ਜੀ। ਬੰਦੇ ਮਿੱਟੀ ਦੇ ਬਣਾਉਂਦਾ ਤਾਂ ਘੁਮਾਰ ਹੁੰਦਾ ਰੱਬ, ਵਾਹ, ਬੰਦੇ ਬੰਦੇ ਮਿੱਟੀ ਦੇ ਮਿੱਟੀ ਬਣਾਉਂਦਾ ਦੇ ਬਣਾਉਂਦਾ ਤਾਂ ਘੁਮਾਰ ਹੁੰਦਾ ਰੱਬ, ਬੰਦੇ ਲੋਹੇ ਦੇ ਬਣਾਉਂਦਾ ਤਾਂ ਲੁਹਾਰ ਹੁੰਦਾ ਰੱਬ, ਵਾਹ, ਹੁੰਦੇ ਲੱਕੜ ਦੇ ਬਣੇ ਫਿਰ ਕਹਿੰਦੇ ਤਰਖਾਣ, ਜੇ ਹੁੰਦੇ ਲੱਕੜ ਦੇ ਬਣੇ ਫਿਰ ਕਹਿੰਦੇ ਤਰਖਾਣ, ਹੱਡ ਚੰਮ ਤੋਂ ਚਲਾਉਂਦਾ ਕੰਮ ਕਾਰ ਲੱਗਦਾ, ਮੈਨੂੰ ਰੱਬ ਵੀ ਕੋਈ ਜਾਤ ਦਾ ਚਮਾਰ ਲੱਗਦਾ, ਮੈਨੂੰ ਰੱਬ ਵੀ ਤਾਂ ਜਾਤ ਦਾ ਚਮਾਰ ਲੱਗਦਾ। ਕਿਆ ਬਾਤ ਹੈ, ਬਾਕੀ ਇਸ ਜਿਹੜਾ ਸ਼ੇਰ ਸੀ ਇਹ ਕਾਫੀ ਚਰਚਾ ਚ ਵੀ ਰਿਹਾ ਇਸ ਗੱਲ ਨੂੰ ਲੈ ਕੇ, ਔਰ ਇਸ ਸ਼ੇਰ ਨੂੰ ਮਤਲਬ ਬਹੁਤ ਕਹਿੰਦੇ ਆਪਾਂ ਪਸੰਦ ਵੀ ਕੀਤਾ ਗਿਆ, ਕਿਉਂਕਿ ਤੁਸੀਂ ਜਦੋਂ ਰੱਬ ਦੀ ਗੱਲ ਕਰਦੇ ਆ ਤਾਂ ਫਿਰ ਰੱਬ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਾਤ ਪਾਤ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ, ਰੱਬ ਇੱਕ ਹੈ ਔਰ ਸਭ ਦਾ ਹੈ, ਰੱਬ ਇੱਕ ਹੈ ਔਰ ਸਭ ਦਾ ਹੈ, ਇਸ ਕਰਕੇ ਕੰਮ ਕਹਿੰਦੇ ਆ ਇੱਕ ਓਮਕਾਰ ਵੀ ਰੱਬ ਸਾਰਾ ਸਿਰਫ ਇੱਕ ਹੈ, ਸੋ ਜਾਤ ਪਾਤ ਨਹੀਂ ਹੋਣੀ ਚਾਹੀਦੀ, ਔਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਜਾਤ ਪਾਤ ਦੇ ਜਿਹੜੇ ਚੱਕਰ ਇਹਨਾਂ ਤੋਂ ਦੂਰ ਲੈ ਕੇ ਗਏ ਹੋ ਸਾਡੇ ਸਾਰੇ ਪੰਜਾਬੀਆਂ ਨੂੰ, ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਸ਼ੇਰ ਦੀਆਂ ਵੀ, ਕਿ ਬਹੁਤ ਵਧੀਆ ਤੁਸੀਂ ਜਿਹੜਾ ਲਿਖਿਆ ਸੀਗਾ ਔਰ ਦੀ ਚਰਚਾ ਜਿਹੜੀ ਹੋਈ ਉਹ ਵੀ ਕਾਫੀ ਵੱਡੇ ਪੱਧਰ ਤੇ ਹੋਈ ਸੀਗੀ। ਸੋ ਹਰੀਸ਼ ਜੀ ਤੁਹਾਡੀ ਗੱਲ ਕਰਦੇ ਆ ਹੁਣ, ਜਿਹੜੀ ਗਜ਼ਲਾਂ ਆ ਤੁਸੀਂ ਕਿਹਾ ਵੀ ਗਜ਼ਲ ਤੁਸੀਂ ਸਿਰਫ ਦੇਖ ਦੇਖ ਕੇ ਜਾਂ ਸੁਣ ਸੁਣ ਕੇ ਹੀ ਲਿਖਣਾ ਸ਼ੁਰੂ ਕੀਤਾ, ਤੁਹਾਡੀ ਗਜ਼ਲਾਂ ਵੀ ਬਹੁਤ ਹੀ ਡੂੰਘੀਆਂ ਹੁੰਦੀਆਂ, ਤੇ ਮੈਂ ਚਾਹਾਂਗਾ ਵੀ ਤੁਸੀਂ ਅੱਜ ਸਾਡੇ ਨਾਲ ਕੋਈ ਗਜ਼ਲ, ਕਿਉਂਕਿ ਤੁਸੀਂ ਇਸ ਕਿਤਾਬ ਵਿੱਚ ਹਰ ਚੀਜ਼ ਦਾ ਜ਼ਿਕਰ ਕੀਤਾ, ਜਿੱਥੇ ਔਰਤ ਦਾ ਜ਼ਿਕਰ ਕੀਤਾ, ਧੀ ਦਾ ਜ਼ਿਕਰ ਕੀਤਾ, ਬਾਪੂ ਦਾ ਜ਼ਿਕਰ ਕੀਤਾ, ਹਰ ਚੀਜ਼ ਨੂੰ ਤੁਸੀਂ ਇਹਦੇ ਵਿੱਚ ਪਰੋਇਆ ਇਸ ਕਿਤਾਬ ਵਿੱਚ ਅਕਰੀ ਅੰਬੀਆਂ ਵਿੱਚ, ਤੇ ਮੈਂ ਚਾਹਾਂਗਾ ਅੱਜ ਤੁਹਾਡੇ ਕੋਲੋਂ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਅਸੀਂ ਤੁਹਾਨੂੰ ਸੁਣ ਸਕੀਏ, ਕਿਉਂਕਿ ਇਸ ਕਿਤਾਬ ਨੂੰ ਅਸੀਂ ਸੁਣਨਾ ਚਾਹੁੰਦੇ ਤੁਹਾਡੇ 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 ਰਾਹੀਂ ਕਿ ਜੋ ਤੁਸੀਂ ਇਹਦੇ ਵਿੱਚ ਲਿਖਿਆ ਹੈ, ਤੁਹਾਡੇ ਅਹਿਸਾਸ ਸੀਗੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ। ਬੜੇ ਧੰਨਵਾਦ ਜੀ। ਇੱਕ ਗਜ਼ਲ ਸੀ ਜੀ, ਚੰਗਾ ਸੀ ਚੰਗਾ ਸੀ, ਉਹ ਆਮ ਜੀ, ਉਹ ਜਦੋਂ ਨੌਜਵਾਨ ਸਮਾਂ ਗਵਾ ਲੈਂਦੇ ਨੇ ਜ਼ਿੰਦਗੀ ਦਾ, ਫਿਰ ਬੈਠ ਕੇ ਸੋਚਦੇ ਨੇ ਵੀ ਜੇ ਕਰ ਲੈਂਦੇ ਤਾਂ ਚੰਗਾ ਸੀ, ਜੇ ਆ ਕਰ ਲੈਂਦੇ ਤਾਂ ਚੰਗਾ, ਉਹ ਗੱਲ ਨੂੰ ਲਿਖਿਆ ਜੀ। ਖੁਦ ਨਾਲ ਖੁਦ ਹੀ ਲੜ ਲੈਂਦੇ ਤਾਂ ਚੰਗਾ ਸੀ,
ਵਾਹ, ਖੁਦ ਨਾਲ ਖੁਦ ਹੀ ਲੜ ਲੈਂਦੇ ਤਾਂ ਚੰਗਾ ਤਾਂ ਸੀ, ਚੰਗਾ ਸੀ। ਚਾਰ ਅੱਖਰ ਜੇ ਪੜ੍ਹ ਲੈਂਦੇ ਤਾਂ ਚੰਗਾ ਸੀ। ਵਾਹ ਵਾਹ ਵਾਹ, ਰੋਜ਼ਗਾਰ ਦੀਆਂ ਮਾਰਾਂ ਨਿੱਤ ਦੀਆਂ ਹਾਰਾਂ, ਕੋਈ ਸਿੱਖ ਕੇ ਘਾੜ ਤੇ ਘੜ ਲੈਂਦੇ ਤਾਂ ਚੰਗਾ ਸੀ, ਸਿੱਖ ਕੇ ਘਾੜ ਤੇ ਘੜ ਲੈਂਦੇ ਤਾਂ ਚੰਗਾ ਸੀ। ਸਮਾਂ ਗਵਾਇਆ ਪੱਲਾ ਕਿਸੇ ਫੜਾਇਆ ਨਹੀਂ, ਅਸੀਂ ਪੱਲੇ ਹੀ ਕਿਸੇ ਦਾ ਫੜ ਲੈਂਦੇ ਤਾਂ ਚੰਗਾ ਸੀ। ਚੰਗਾ ਸੀ, ਕਿਆ ਬਾਤ। ਜ਼ਿੰਦਗੀ ਨਿੱਤ ਦਿਨ ਚੜ੍ਹਦੇ ਕੋਕੇ ਜੜਦੀ ਹੈ, ਜ਼ਿੰਦਗੀ ਨਿੱਤ ਦਿਨ ਚੜ੍ਹਦੀ ਕੋਕੇ ਜੜਦੀ ਹੈ, ਕਿਸੇ ਹੁਨਰ ਦਾ ਕੋਕਾ ਜੜ ਲੈਂਦੇ ਤਾਂ ਚੰਗਾ ਸੀ। ਵਾਹ ਵਾਹ, ਲੱਗੀ ਲੱਗ ਲਾਈ ਲੱਗ ਵਾਹੋ ਦਾਹੀ, ਭੱਜਦੇ ਰਹੇ ਸਕੂਲਾਂ ਤੋਂ, ਲਾਈ ਲੱਗ ਐਵੇਂ ਭੱਜਦੇ ਰਹੇ ਸਕੂਲਾਂ ਤੋਂ, ਭਲਾ ਕਿਸੇ ਕਲਾਸ ਚ ਖੜ ਲੈਂਦੇ ਤਾਂ ਚੰਗਾ ਸੀ। ਹੁਣ ਜਿਸਮਾਂ ਤੋਂ ਦਿਨ ਭਰ ਗਰਦ ਉਤਰਦੀ ਨਾ, ਹੁਣ ਜਿਸਮਾਂ ਤੋਂ ਦਿਨ ਭਰ ਗਰਦ ਉਤਰਦੀ ਨਾ, ਜੇ ਕਿਤੇ ਬਾਪੂ ਹੱਥੋਂ ਝੜ ਲੈਂਦੇ ਤਾਂ ਚੰਗਾ ਸੀ। ਚੰਗਾ ਸੀ, ਕਿਆ ਬਾਤ। ਵਾਹ, ਜ਼ਿੰਦਗੀ ਤਾਂ ਹੁਣ ਖਿੱਦੋ ਵਾਂਗੂ ਖਿਲਰ ਗਈ, ਆਪਾਂ ਚੰਗੀ ਤਰ੍ਹਾਂ ਜੇ ਮੜ ਲੈਂਦੇ ਤਾਂ ਚੰਗਾ ਸੀ। ਹਰੀ ਰਾਮ ਤੋਂ ਹਰੀਸ਼ ਪਟਿਆਲਵੀ ਬਣ ਕੇ ਕੀ ਖੱਟਿਆ, ਕਿਸੇ ਸਾਹਿਬ ਦਾ ਸਟੈਨੋ ਅੜ ਲੈਂਦੇ ਤਾਂ ਚੰਗਾ ਸੀ, ਕਿਸੇ ਚੰਗਾ ਸਾਹਿਬ ਸੀ, ਕਿਆ ਸਟੈਨੋ ਅੜ ਬਾਤ, ਲੈਂਦੇ ਤਾਂ ਚੰਗਾ ਸੀ। ਕਿਆ ਬਾਤ ਹੈ ਹਰੀਸ਼ ਜੀ। ਵਾਕਈ ਕਿਸੇ ਸਾਹਿਬ ਦਾ ਸਟੈਨੋ ਬਣ ਜਾਂਦੇ ਤਾਂ ਚੰਗਾ ਸੀ। ਪਰ ਇੱਥੇ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਹਰੀਸ਼ ਰਾਮ ਤੋਂ ਹਰੀਸ਼ ਪਟਿਆਲਵੀ ਬਣ ਕੇ ਜੋ ਤੁਸੀਂ ਸਮਾਜ ਨੂੰ ਦੇ ਰਹੇ ਹੋ ਨਾ, ਉਹ ਸਭ ਤੋਂ ਵੱਡੀ ਦੇਣ ਹੈ। ਕਿਉਂਕਿ ਜਦੋਂ ਤੁਸੀਂ ਕੋਈ ਇੰਨੇ ਵਧੀਆ ਗੀਤ ਜਾਂ ਗਜ਼ਲ ਲਿਖਦੇ ਹੋ ਔਰ ਉਹਨਾਂ ਗੀਤਾਂ ਚ ਕੁਛ ਸੱਚਾਈਆਂ ਨਜ਼ਰ ਆਉਂਦੀਆਂ ਨਾ, ਤਾਂ ਫਿਰ ਉਹ ਜਿਹੜੀ ਸਮਾਜ ਨੂੰ ਦੇਣ ਹੈ ਸਭ ਤੋਂ ਵੱਡੀ ਹੋ ਜਾਂਦੀ ਹੈ। ਤੇ ਅਸੀਂ ਤਾਂ ਇਹੀ ਕਹਾਂਗੇ ਵੀ ਹਰੀ ਰਾਮ ਤੋਂ ਜਿਹੜੇ ਤੁਸੀਂ ਹਰੀਸ਼ ਪਟਿਆਲਵੀ ਜੀ ਬਣੇ ਆ ਤਾਂ ਉਹ ਸਾਨੂੰ ਜ਼ਿਆਦਾ ਕਹਿੰਦੇ ਦੇ ਦਿਲ ਨੂੰ ਛੂ ਗਿਆ, ਕਿਉਂਕਿ ਹਰੀਸ਼ ਪਟਿਆਲਵੀ ਜਦੋਂ ਅਸੀਂ ਸੁਣਦੇ ਹਾਂ ਤਾਂ ਵਾਕਈ ਏਦਾਂ ਲੱਗਦਾ ਵੀ ਕੋਈ ਨਾ ਜਿਹੜਾ ਪਟਿਆਲੇ ਘਰਾਣੇ ਚੋਂ ਲਿਆ ਜਾਂਦਾ, ਜਿਹਨਾਂ ਨੇ ਗੀਤ ਬਹੁਤ ਗਾਏ ਆ ਉਸ ਘਰਾਣੇ ਚੋਂ। ਸੋ ਏਦਾਂ ਦਾ ਇੱਕ ਨਾਂ ਸਾਨੂੰ ਹੁੰਦਾ ਤੇ ਉਹ ਚੰਗਾ ਲੱਗਦਾ ਕਿ ਤੁਸੀਂ ਇੰਨੀ ਵਧੀਆ ਲੇਖਣੀ ਲਿਖ ਰਹੇ ਹੋ, ਇੰਨੀ ਵਧੀਆ ਕਲਮ ਨਾਲ ਲਿਖ ਰਹੇ ਹੋ। ਸਾਡੀ ਇੱਕ ਇਹਦੇ ਚ ਇੱਕ ਹੋਰ ਸੀ ਜਿਹਨੂੰ ਤੁਸੀਂ ਆਪਾਂ ਗੱਲ ਕਰੀਏ, ਤੇਰੀ ਮੇਰੀ ਜੋੜੀ, ਇੱਕ ਗੀਤ ਤੁਸੀਂ ਲਿਖਿਆ ਸੀ ਗੀਤ ਇਸੀ ਕਿਤਾਬ ਵਿੱਚ, ਉਹ ਵੀ ਗੀਤ ਬਹੁਤ ਸੋਹਣਾ ਸੀਗਾ ਤੇ ਮੈਂ ਚਾਹਾਂਗਾ ਇਸ ਗੀਤ ਨੂੰ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰ ਲਓ, ਤੇਰੀ ਮੇਰੀ ਜੋੜੀ ਜਿਹੜੀ ਸੀਗੀ ਗੀਤ। ਬਾਕੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ, ਤੁਹਾਡੇ ਤੁਹਾਡੇ ਜਿਹੜੇ ਗੀਤਾਂ ਚ ਪਿਆਰ ਹਰ ਤਰੀਕੇ ਦਾ ਦਿਖਦਾ ਹੈ, ਉਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਮਾਂ ਬਾਰੇ ਵੀ ਜ਼ਿਕਰ ਕੀਤਾ ਹੈ, ਯਾਨੀ ਕਿ ਆਪਣੀ ਵਾਈਫ ਬਾਰੇ ਵੀ ਜ਼ਿਕਰ ਕੀਤਾ ਹੈ। ਅਸੀਂ ਉਹ ਸਾਰੀਆਂ ਗੱਲਾਂ ਅੱਜ ਤੁਹਾਡੇ ਤੋਂ ਸੁਣਾਂਗੇ ਤੇ ਜਿੰਨੀਆਂ ਵੀ ਅਸੀਂ ਸੁਣ ਸਕਾਂਗੇ ਜਿੰਨਾ ਸਾਡੇ ਕੋਲ ਟਾਈਮ ਹੋਏਗਾ, ਲੇਕਿਨ ਅਸੀਂ ਚਾਹਾਂਗੇ ਤੁਸੀਂ ਜ਼ਰੂਰ ਜਿਹੜੀ ਤੇਰੀ ਮੇਰੀ ਜੋੜੀ ਹੈ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਉਹ 2 ਮਿੰਟ ਬਾਅਦ ਕਰਦਾ ਜੀ। ਜੀ ਵੇਲੇ ਦੀ ਗੱਲ ਕਰਨ ਲੱਗਿਆ, ਜਦੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦੀ ਗੜੀ ਛੱਡ ਕੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਖੜੇ ਨੇ ਜੀ, ਤੇ ਗਹਿਗਚ ਰੰਗ ਜਾਰੀ ਹੈ, ਜੰਗ ਜਾਰੀ ਹੈ ਜੀ, ਉਸ ਵੇਲੇ ਦੀ ਗੱਲ ਹੈ ਜਿਹੜੀ ਨਜ਼ਰ ਕਰਨ ਲੱਗਿਆ ਜੀ। ਪਿਛਾ ਜੀ 10 ਲੱਖ ਮੁਗਲੀ ਫੌਜ ਚੜੀ ਸੀ, ਤੀਰਾਂ ਦਾ ਮੀਂਹ ਵਰਦਾ ਸੀ, ਕੱਲਾ ਕੱਲਾ ਸਿੰਘ 1.25 ਲੱਖ ਮੁਗਲ ਮਾਰ ਕੇ ਮਰਦਾ ਸੀ, ਅੰਤ ਤੋਂ ਕਿਹੜਾ ਡਰਦਾ ਸੀ, ਜਦ ਗੱਲਾਂ ਛਿੜਨ ਅਨੰਤ ਦੀਆਂ, ਕੱਚੀਆਂ ਗੜੀਆਂ ਦੇ ਵਿੱਚ ਨੀਹਾਂ ਪੱਕੀਆਂ ਕਰ ਗਏ ਪੰਥ ਦੀਆਂ, ਕੱਚੀਆਂ ਗੜੀਆਂ ਦੇ ਵਿੱਚ ਨੀਹਾਂ ਪੱਕੀਆਂ ਕਰ ਗਏ ਪੰਥ ਦੀਆਂ, ਵਾਹ
ਬੰਤ ਮਾਲਾ ਜੀਤ ਸਿੰਘ ਨੇ ਤਰਕਸ਼ ਭਰ ਕੇ ਟੰਗਿਆ ਸੀ, ਛਾਤੀ ਤੇ ਲੋ ਕਬਜ ਸਜਾ ਨੇ ਜਾਦੋ ਤਾਰਾ ਮੰਗਿਆ ਸੀ, ਅਸ਼ਸਤਰ ਸ਼ਸਤਰ ਜੋੜ ਕੇ ਪਾਲੀ ਫਿਰ ਘੋੜੇ ਤੇ ਕਾਠੀ ਸੀ, ਗੁਰੂ ਪਿਤਾ ਤੋਂ ਆਗਿਆ ਮੰਗੀ ਤੋਰਿਆ ਦੇ ਕੇ ਥਾਪੀ ਸੀ, ਨਾ ਕੋਈ ਰੀਸਾਂ ਕਰ ਸਕਦਾ ਏ ਮਾਂ ਜੀ ਤੋਂ ਦੇ ਕੰਤ ਦੀਆਂ, ਕੱਚੀਆਂ ਗੜੀਆਂ ਦੇ ਵਿੱਚ ਨੀਹਾਂ ਪੱਕੀਆਂ ਕਰ ਗਏ ਪੰਥ ਦੀਆਂ, ਕੱਚੀਆਂ ਗੜੀਆਂ ਦੇ ਵਿੱਚ ਨੀਹਾਂ ਪੱਕੀਆਂ ਕਰ ਗਏ ਪੰਥ ਦੀਆਂ, ਪੌੜ ਗਰਜ ਦੇ ਘੋੜਾ ਉੱਡਦਾ ਜੋੜੇ ਛੁੱਟਦੇ ਤੀਰਾਂ ਦੇ, ਜੂ ਫਸਲਾਂ ਨੂੰ ਗੜੇ ਮਾਰਦੇ ਕਰਦੇ ਛਾਣ ਸਰੀਰਾਂ ਦੇ, ਫਿਰ ਮੈਂ ਜਦੋਂ ਧਾਰੀ ਨਾਲ ਵੈਰੀ ਦਾ ਸੀਨਾ ਸਿਨ ਦਿੱਤਾ, ਅੰਤ ਵੈਰੀ ਨੇ ਤੀਰਾਂ ਨਾਲ ਜਿੱਤ ਲਿਆ ਅਜੀਤ ਨੂੰ ਵਿੰਨ ਦਿੱਤਾ, ਨਜ਼ਰਾਂ ਗੜੀ ਤੋਂ ਵੇਖਦੀਆਂ ਬਿਰਤਾਂਤ ਸਿਪਾਹੀ ਸੰਤ ਦੀਆਂ, ਕੱਚੀਆਂ ਗੜੀਆਂ ਦੇ ਵਿੱਚ ਨੀਹਾਂ ਪੱਕੀਆਂ ਕਰ ਗਏ ਪੰਥ ਦੀਆਂ, ਕੱਚੀਆਂ ਗੜੀਆਂ ਦੇ ਵਿੱਚ ਨੀਹਾਂ ਪੱਕੀਆਂ ਕਰ ਗਏ ਪੰਥ ਦੀਆਂ। ਕੀ ਬਾਤ ਹੈ ਜੀ, ਵਾਕਈ ਬਹੁਤ ਵਧੀਆ ਤੁਸੀਂ ਇਹ ਜਿਹੜਾ ਆਪਣਾ ਗੀਤ ਸੀਗਾ ਸਾਡੇ ਨਾਲ ਸਾਂਝਾ ਕੀਤਾ। ਇੱਥੇ ਮੈਨੂੰ ਯਾਦ ਆ ਗਿਆ, ਤੁਸੀਂ ਆਪਣੇ ਜਿਹੜੇ ਚਾਰ ਸਾਹਿਬਜ਼ਾਦੇ ਸੀ ਉਹਨਾਂ ਵੇਲੇ ਉਹਨਾਂ ਬਾਰੇ ਵੀ ਲਿਖਿਆ ਸੀਗਾ, ਜਦੋਂ ਉਹਨਾਂ ਨੇ ਸਰਹੰਦ ਜਦੋਂ ਉਹਨੂੰ ਨੀਹਾਂ ਚ ਚਿਣਾਇਆ ਗਿਆ ਸੀਗਾ, ਉਹਨਾਂ ਸ਼ਹੀਦਾਂ ਆਪਣੇ ਜਿਹੜੇ ਸਾਹਿਬਜ਼ਾਦੇ ਸੀਗੇ ਛੋਟੇ ਸਾਹਿਬਜ਼ਾਦੇ ਉਹਨਾਂ ਬਾਰੇ ਵੀ ਲਿਖਿਆ ਸੀ। ਮੈਂ ਚਾਹਾਂਗਾ ਕਿ ਤੁਸੀਂ ਹੁਣ ਜਿਹੜੀ ਆਹ ਸਾਂਝੀ ਕੀਤੀ ਹੈ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰੋ, ਜੋ ਛੋਟੇ ਸਾਹਿਬਜ਼ਾਦੇ ਉਹਨਾਂ ਨੇ ਜਿਹੜੇ ਬੜੇ ਸਾਹਿਬਜ਼ਾਦੇ ਜੀ ਨਾਲ ਗੱਲ ਕੀਤੀ ਤਾਂ ਉਹ ਮੈਂ ਜ਼ਰੂਰ ਉਹ ਜਿਹੜੀ ਤੁਹਾਡੀ ਵਾਰ ਸੀ ਉਹ ਸੁਣਨੀ ਚਾਹਾਂਗਾ ਸੀ, ਉਹ ਜ਼ਰੂਰ ਸੁਣਾਓ ਸਰ। ਉਹਦਾ ਸੀ ਜੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਚਿੜਿਆ ਜਾ ਰਿਹਾ ਸੀ ਤਾਂ ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਦੇ ਵਿਚਕਾਰ ਜਿਹੜਾ ਬਿਰਤਾਂਤ ਹੁੰਦਾ ਜੀ, ਕਹਿੰਦੇ ਨੇ ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਅੱਖ ਦੇ ਵਿੱਚੋਂ ਹੰਝੂ ਗਰਜਣ ਦਾ, ਤਾਂ ਫਤਿਹ ਸਾਹਿਬ ਜੀ ਪੁੱਛਦੇ ਨੇ, ਫਤਿਹ ਬਾਬਾ ਫਤਿਹ ਸਿੰਘ ਜੀ ਪੁੱਛਦੇ ਨੇ ਕਿ ਤੁਹਾਡੀ ਅੱਖ ਦੇ ਵਿੱਚੋਂ ਹੰਝੂ ਕਿਉਂ ਗਿਰਿਆ, ਤਾਂ ਉਹ ਜਵਾਬ ਦਿੰਦੇ ਜੀ ਅੱਖ ਤੇਰੇ ਲਈ ਰੋਵੇ ਛੋਟਿਆ ਤੂੰ ਜਿੱਤ ਗਿਆ ਹੈ ਬਾਜੀ, ਤਾਂ ਉਹ ਦੱਸਦੇ ਨੇ ਵੀ ਜਿਹੜਾ ਇਹ ਹੰਝੂ ਹੈ ਜੀ, ਕਹਿੰਦੇ ਵੀ ਟੱਪਣੀਆਂ ਵੀ ਬਣਾ ਲਈਆਂ ਇੱਟਾਂ ਦੀ ਜਗ੍ਹਾ, ਪਰ ਜੀ ਵੀ ਇਹ ਹੰਝੂ ਹੈ ਜਿਹੜਾ ਵੀ ਦੁੱਖ ਕਾਰਨ ਨਹੀਂ ਹੋਇਆ, ਇਹਦਾ ਤੂੰ ਬਾਜੀ ਜਿੱਤ ਗਿਆ, ਤੂੰ ਮੇਰੇ ਤੋਂ ਛੋਟਾ ਹੋ ਕੇ ਵੀ ਮੌਤ ਹੈ ਜਿਹੜੀ ਉਹ ਪਹਿਲਾਂ ਲੈ ਗਿਆ, ਤਾਂ ਮੇਰੀ ਅੱਖ ਥੋੜੀ ਜਿਹੀ ਨਮ ਹੋ ਗਈ ਜੀ। ਸੋ ਇਹਨੂੰ ਤੁਸੀਂ ਗਾ ਕੇ ਸੁਣਾਓਗੇ ਜਾਂ ਕਿ ਯਾਦ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਹੈਗਾ, ਤੇ ਅਸੀਂ ਚਾਹਾਂਗੇ ਜਿਸ ਤਰ੍ਹਾਂ ਅਸੀਂ ਗਾ ਕੇ ਜੇ ਸੁਣਾਦੇ ਇਸ ਚੀਜ਼ ਨੂੰ ਤਾਂ ਜ਼ਿਆਦਾ ਵਧੀਆ ਲੱਗਣਾ ਸੀ ਉਸ ਵੇਲੇ। ਜਿਹੜਾ ਮੈਟਰ ਹੈ ਜੀ ਉਹ ਫੋਨ ਚ ਪਿਆ, ਫੋਨ ਹੁਣ ਰਿਕਾਰਡਿੰਗ ਤੇ ਲੱਗਿਆ ਹੋਇਆ ਜੀ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਪਾਂ ਫੇਰ ਸੁਣ ਲਾਂਗੇ। ਪਰ ਤੁਸੀਂ ਉਹਦੇ ਬਾਰੇ ਦੱਸਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਵੀ ਤੂੰ ਮੇਰੇ ਤੋਂ ਪਹਿਲਾਂ ਜਾ ਰਿਹਾ ਛੋਟਾ ਹੋ ਕੇ, ਇਸ ਕਰਕੇ ਉਹਨਾਂ ਦੀ ਅੱਖ ਚੋਂ ਅੰਜੂ ਆਇਆ ਸੀ, ਇਸ ਕਰਕੇ ਨਹੀਂ ਆਇਆ ਸੀਗਾ ਵੀ ਉਹ ਨੀਹਾਂ ਚ ਚਿਣਾਏ ਜਾ ਰਹੇ ਨੇ। ਚਲੋ ਆਪਾਂ ਹੁਣ ਚੱਲਦੇ ਹਾਂ ਤੁਹਾਡੀ ਜਿਹੜੀ ਅਗਲੀ ਗੀਤ ਸੀਗਾ ਤੇਰੀ ਮੇਰੀ ਜੋੜੀ, ਇਸ ਗੀਤ ਨੂੰ ਵੀ ਤੇਰੀ ਮੇਰੀ ਜੋੜੀ ਜਿਵੇਂ ਗੀਤ ਤੇ ਗਜ਼ਲ, ਇਹਦੇ ਵਿੱਚ ਵੀ ਤੁਸੀਂ ਗੀਤ ਤੇ ਗਜ਼ਲ ਦੀ ਗੱਲ ਕੀਤੀ ਹੈ ਇਸ ਜੋ ਇਹਦੇ ਵਿੱਚ ਵੀ, ਮੈਂ ਜ਼ਰੂਰ ਚਾਹਾਂਗਾ ਕਿ ਇਹ ਵੀ ਜ਼ਰੂਰ ਸਾਡੇ ਸਾਂਝੀ ਕਰੋ। ਤੁਹਾਡੀ ਇਸ ਕਿਤਾਬ ਚ ਜਿਹੜਾ 41 ਨੰਬਰ ਪੇਜ ਹੈ ਉਸ ਤੇ ਹੈਗੀ ਹੈ ਇਹ ਜਿਹੜੀ ਗਜ਼ਲ ਹੈ, ਤੇ ਦਰਸ਼ਕੋ ਮੈਂ ਦੱਸ ਦਵਾਂ ਕਿ ਜੇ ਤੁਸੀਂ ਵੀ ਇਸ ਕਿਤਾਬ ਨੂੰ ਲੈਣਾ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੇ ਜਾਂ ਫਿਰ ਤੁਸੀਂ ਸਿੱਧਾ ਜਿਹੜੇ ਸਾਡੇ ਪਬਲਿਸ਼ਰ ਨੇ ਜੇਪੀ ਪਬਲੀਕੇਸ਼ਨ ਵਾਲੇ ਜੋ ਕਿ ਪਟਿਆਲਾ ਵਿੱਚ ਹੀ ਨੇ, ਉਹਨਾਂ ਨਾਲ ਵੀ ਤੁਸੀਂ ਕਰ ਸਕਦੇ ਹੋ, ਸੰਪਰਕ ਕਰੋ, ਕੋਈ ਕਿਤਾਬ ਲੈ ਸਕਦੇ ਹੋ।
ਤਾਂ ਅੱਕ ਦੀ ਅੰਬੀਆਂ, ਨਹੀਂ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਇਸ ਕਿਤਾਬ ਨੂੰ ਇੱਥੋਂ ਲੈ ਸਕਦੇ ਹੋ। ਆਪਾਂ ਇਹਨਾਂ ਕੋਲੋਂ ਹੋਰ ਮੰਗਾ ਲਾਂਗੇ, ਮੇਰੇ ਕੋਲ ਤਾਂ ਆ ਚੁੱਕੀ ਹੈ, ਪਰ ਆਪਾਂ ਇਹਨਾਂ ਕੋਲੋਂ ਮੰਗਾ ਲਾਂਗੇ ਤੇ ਤੁਸੀਂ ਉਸ ਕਿਤਾਬ ਨੂੰ ਲੈ ਸਕਦੇ ਹੋ। ਹਾਂਜੀ ਬਟਾਲਵੀ ਜੀ, ਆ ਜਾਓ। ਸ਼ੁਕਰੀਆ ਜੀ। ਕਹਿੰਦਾ ਤੇਰੀ ਮੇਰੀ ਜੋੜੀ ਜਿਵੇਂ ਗੀਤ ਤੇ ਗਜ਼ਲ, ਚਾਨਣ ਨੂੰ ਚਕੋਰ ਜਿਵੇਂ ਗਿੱਖੇ ਨਾਲ ਚੱਲ, ਤੇਰੀ ਮੇਰੀ ਜੋੜੀ ਵਾਹ, ਜਿਵੇਂ ਗੀਤ ਤੇ ਗਜ਼ਲ, ਗੀਤ ਤੇ ਗਜ਼ਲ। ਰੇਲ ਦੀਆਂ ਲਾਈਨਾਂ ਵਾਂਗੂ ਹੁੰਦੇ ਨਾ ਅਲੱਗ, ਰੇਲ ਦੀਆਂ ਲਾਈਨਾਂ ਵਾਂਗੂ ਹੁੰਦੇ ਨਾ ਅਲੱਗ, ਨਹਿਰ ਦੇ ਕਿਨਾਰੇ ਕਦੇ ਹੋਣ ਨਾ ਵਸਲ, ਧਰਤੀ ਅੰਬਰ ਰਹਿਣ ਜਿਵੇਂ ਆਹਮੋ ਸਾਹਮਣੇ, ਧਰਤੀ ਅੰਬਰ ਰਹਿਣ ਆਹਮੋ ਸਾਹਮਣੇ, ਲੇਖਾਂ ਦੀ ਲਕੀਰ ਪਰ ਸਕਦੇ ਨਾ ਮਿਲ, ਤੇਰੀ ਮੇਰੀ ਜੋੜੀ ਜਿਵੇਂ ਗੀਤ ਤੇ ਗਜ਼ਲ, ਵਾਹ, ਪਾਣੀ ਬਿਨਾਂ ਮੱਛੀ ਜਿਵੇਂ ਵਾਰ ਦੇ ਵੇ ਜਾਨ, ਦਿਨ ਅਤੇ ਰਾਤ ਦਾ ਪਿਆਰ ਹੈ ਅਸਲ, ਸਾਡਾ ਪਿਆਰ ਪਿਆਰ ਸਾਡਾ ਸੂਰਜ ਦੀ ਰੋਸ਼ਨੀ ਜਿਹਾ, ਕੱਲ ਵੀ ਸੀ ਅੱਜ, ਕੱਲ ਵੀ ਸੀ ਅੱਜ ਵੀ ਹੈ ਇੰਜ ਰਹੂ ਕੱਲ, ਬੇਸ਼ਕ ਨਾ ਬਣੇ ਹਮਰਾਹੀ ਰਾਹਾਂ ਦੇ, ਨਾਲ ਨਾਲ ਰਹੇ ਹਾਂ ਹਮੇਸ਼ਾ ਪਲ ਪਲ, ਇੱਕੋ ਟਾਹਣੀ ਖਿੜੇ, ਇੱਕੋ ਟਾਹਣੀ ਖਿੜੇ ਫੁੱਲ ਪਰ ਕੀ ਦਸਤੂਰ, ਇੱਕ ਵੇਸ਼ਵਾ ਦੇ ਜੂੜੇ ਇੱਕ ਰੱਬ ਦੇ ਸਫਲ, ਤੇਰੀ ਮੇਰੀ ਜੋੜੀ ਜਿਵੇਂ ਗੀਤ ਤੇ ਗਜ਼ਲ, ਤੇਰਾ ਐਡਰੈਸ ਵੀ ਸੀ ਹੋਣਾ ਪਟਿਆਲੇ ਦਾ, ਹੁੰਦਾ ਤੈਨੂੰ ਪਾਉਣ ਚ ਹਰੀਏ ਸਫਲ, ਤੇਰੀ ਮੇਰੀ ਜੋੜੀ ਜਿਵੇਂ ਗੀਤ ਤੇ ਗਜ਼ਲ, ਚੰਨ ਨੂੰ ਚਕੋਰ ਜਿਵੇਂ ਦੇਖੇ ਨਾਲ ਚੱਲ। ਉਹ ਕਹਿੰਦਾ ਜੀ ਸਾਡੀ ਜੋੜੀ ਬੜੀ ਵਧੀਆ, ਐਵੇਂ ਐਵੇਂ ਆ, ਪਰ ਅਫਸੋਸ ਰੇਲ ਦੀਆਂ ਲਾਈਨਾਂ ਵਾਂਗੂ ਇਕੱਠੀ ਨਹੀਂ ਹੋ ਪਾਏ, ਇਕੱਠੇ ਨਹੀਂ ਹੋ ਰਹਿੰਦੀਆਂ ਵੀ ਪਾਏ। ਨਾਲੋਂ ਨਾਲ ਨੇ। ਹਾਂ ਕਹਿੰਦਾ ਆਪਾਂ ਇੱਕ ਨਦੀ ਦੇ ਦੋ ਟਾਹੇ ਨਾ ਮਿਲ ਸਕਦੇ, ਨਾ ਵੱਖ ਹੁੰਦੇ, ਵੱਖ ਵੀ ਨਹੀਂ ਹੁੰਦੇ ਤੇ ਮਿਲ ਵੀ ਨਹੀਂ ਸਕਦੇ। ਕਿਆ ਬਾਤ ਹੈ, ਵਾਕਈ ਬਾਕੀ ਜਦੋਂ ਕਹਿੰਦੇ ਹੁੰਦੇ ਕਿਸੇ ਨਾਲ ਪਿਆਰ ਹੋਵੇ ਨਾ, ਤਾਂ ਫਿਰ ਉਦੋਂ ਇਹ ਦਿਲ ਚੋਂ ਨਿਕਲਦੀਆਂ ਗੱਲਾਂ, ਔਰ ਜਦੋਂ ਪਿਆਰ ਹੋ ਜਾਂਦਾ, ਜਿੱਦਾਂ ਇਸ ਕਿਤਾਬ ਦਾ ਟਾਈਟਲ ਵੀ ਹੈ ਕਿ ਉਹ ਇੰਨਾ ਕੁ ਕੌੜਾ ਵੀ ਹੁੰਦਾ ਕਿ ਉਹਨੂੰ ਨਾ ਲੰਘਾ ਸਕਦੇ ਤੇ ਨਾ ਸਿੱਟ ਸਕਦੇ ਬਾਹਰ, ਉਹ ਅੱਕ ਦੀ ਅੰਬੀਆਂ ਵਰਗੇ ਹੀ ਹੋ ਜਾਂਦਾ ਫਿਰ। ਲੇਕਿਨ ਜਿੱਦਾਂ ਹਰੀ ਜੀ ਨੇ ਲਿਖੇ ਆ, ਉਹ ਬਹੁਤ ਵਧੀਆ ਲਿਖਿਆ। ਹਰੀ ਜੀ ਜਦੋਂ ਤੁਸੀਂ ਗੱਲ ਕਰ ਰਹੇ ਸੀ, ਮੈਨੂੰ ਨਾ ਇੱਕ ਦੋ ਲਾਈਨਾਂ ਚਿੱਤੇ ਆ ਗਈਆਂ। ਉਹ ਕਹਿੰਦਾ ਮੈਂ ਤਾਂ ਨਿਰਾ ਫਕੀਰ ਸੀ, ਮੈਂ ਤਾਂ ਨਿਰਾ ਫਕੀਰ ਸੀ ਤੇਰੀ ਸੂਰਤ ਖੁਦਾ ਲੱਗੀ, ਮੈਂ ਤਾਂ ਨਿਰਾ ਫਕੀਰ ਸੀ ਤੇਰੀ ਸੂਰਤ ਖੁਦਾ ਲੱਗੀ, ਕਦੇ ਕਲਮ ਕਦੇ ਲਫ਼ਜ਼ ਤੇਰੀ ਹਰ ਇੱਕ ਅਦਾ ਲੱਗੀ। ਸੋ ਜਦੋਂ ਪਿਆਰ ਹੁੰਦਾ ਨਾ, ਤਾਂ ਫਿਰ ਉਹਦੇ ਵਿੱਚ ਉਹਦੀ ਜਿਹੜੀ ਅਦਾ ਹੈ, ਉਹ ਹਰ ਚੀਜ਼ ਸਾਨੂੰ ਚੰਗੀ ਲੱਗਦੀ ਹੈ। ਲੇਕਿਨ ਵਾਕਈ ਜਿਸ ਤਰ੍ਹਾਂ ਹਰੀਸ਼ ਜੀ ਨੇ ਕਿਹਾ ਕਿ ਜੋੜੀ ਹਮੇਸ਼ਾ ਹੁੰਦੀ ਹੈ, ਲੇਕਿਨ ਉਹ ਨਾਲ ਨਹੀਂ ਕਈ ਵਾਰੀ ਹੋ ਸਕਦੇ, ਲੇਕਿਨ ਪਿਆਰ ਜਿਹੜਾ ਉਹ ਹਮੇਸ਼ਾ ਰਹਿੰਦਾ ਹੀ ਰਹਿੰਦਾ ਹੈ। ਹਰੀਸ਼ ਜੀ, ਤੁਹਾਡੇ ਗੀਤਾਂ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਨਜ਼ਰ ਆਉਂਦਾ, ਤੁਹਾਡੀ ਗਜ਼ਲਾਂ 'ਚ ਹਰ ਤਰ੍ਹਾਂ ਦਾ ਰੰਗ ਨਜ਼ਰ ਆਉਂਦਾ ਹੈ। ਤੁਸੀਂ ਇੱਥੇ ਮਾਂ ਨੂੰ ਜਾਂ ਧੀ ਨੂੰ ਲੈ ਕੇ ਵੀ ਬਹੁਤ ਕੁਛ ਲਿਖਿਆ, ਸੋ ਮੈਂ ਕਿਹੜੀ ਚੀਜ਼ ਸਾਡੇ ਨਾਲ ਸਾਂਝੀ ਕਰਨੀ ਚਾਹੂੰਗੀ ਆਪਣੀ ਇਸ ਕਿਤਾਬ 'ਚੋਂ, ਕਿਉਂਕਿ ਅੱਜ ਤੁਹਾਡੇ ਕੋਲ ਕਾਫੀ ਸਮੇਂ ਹੈ ਸਾਡੇ ਨਾਲ ਗੱਲ ਕਰਨ ਦਾ, ਕਿਉਂਕਿ ਅਸੀਂ ਕਾਲ ਅੱਜ ਮੇਰੇ ਖਿਆਲ ਨਹੀਂ ਲਵਾਂਗੇ, ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਸੁਣ ਸਕੀਏ, ਔਰ ਜਿਹੜੀ ਇਹ ਤੁਹਾਡੀ ਇਹ ਕਿਤਾਬ ਹੈ ਅੱਕ ਦੀਆਂ ਆਉਂਦੀਆਂ, ਇਹਦੇ ਬਾਰੇ ਜ਼ਿਆਦਾ ਜਾਣ ਸਕੀਏ। ਬੜੇ ਧੰਨਵਾਦ ਬਾਈ ਜੀ ਇਸ ਪਿਆਰ ਸਤਿਕਾਰ ਲਈ। ਜੀ ਕਵੀ ਤਾਂ ਕਹਿੰਦਾ ਭੁੱਖਾ ਹੁੰਦਾ ਵੀ ਕੋਈ ਸੁਣਨ ਦੀ ਗੱਲ ਕਰੇ, ਹਨਾ, ਇਹ ਤਾਂ ਸੁਣਾਉਣ ਲਈ ਤਤਪਰ ਹੀ ਹੁੰਦਾ। ਸੋ ਅਸਲ ਮੇਰੀ ਤਬੀਅਤ ਤਾਂ ਥੋੜੀ ਜਿਹੀ ਬਾਗੀ ਤਬੀਅਤ ਦਾ ਮਾਲਕ ਮੰਨਦਾ ਮੈਂ ਆਪਣੇ ਆਪ ਨੂੰ, ਥੋੜਾ ਬਾਗੀ ਲਿਖਦਾ ਹਨਾ ਜੀ 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 ਇੱਕ ਇੱਕ ਉਸੇ ਰੰਗ ਦੀ ਰਚਨਾ ਮੈਂ ਤੁਹਾਡੇ ਸਨਮੁਖ ਕਰ ਰਿਹਾ ਇਸੇ ਕਿਤਾਬ ਦੇ ਵਿੱਚੋਂ ਜੀ, ਅੱਕ ਦੀ ਅੰਬੀਆਂ ਦੇ ਵਿੱਚੋਂ ਰਚਨਾ ਜੀ, ਸਿੰਘਾਸਨ ਸਿੱਖਾਂ ਦਾ। ਕਹਿੰਦਾ ਰਾਣੀ ਐਲਜ਼ਾਬੇਥ ਦੇ ਤਾਜ ਚ ਜੜਿਆ ਕੋਹੇ ਨੂਰ ਸਾਡਾ, ਵਾਹ,
ਰਾਣੀ ਐਲਿਜ਼ਾਬੇਥ ਦੇ ਤਾਜ 'ਚ ਜੜਿਆ ਕੋਹੇ ਨੂਰ ਸਾਡਾ, ਇੰਗਲਿਸ਼ ਸ਼ੈਤਾਨੀ ਲੁੱਟ ਕੇ ਲੈ ਗਏ ਸ਼ਸਤਰ ਅਤੇ ਗਰੂਰ ਸਾਡਾ। ਵਾਹ ਵਾਹ ਸੋਨੇ ਜੜਿਆ ਮਹਾਰਾਜਾ ਰਣਜੀਤ ਦਾ ਆਸਣ ਸਿੱਖਾਂ ਦਾ, ਲੈ ਆਉਣਾ ਮੁੜ ਲੰਡਨ ਚੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ ਦਾ, ਲੈ ਆਉਣਾ ਮੁੜ ਵਾਹ ਲੰਡਨ ਵਾਹ, ਚੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ, ਪਿਆ ਸਿੰਘਾਸਨ ਸਿੱਖਾਂ ਦਾ। ਮਹਾਰਾਜਾ ਰਣਜੀਤ ਸਿੰਘ ਨੇ ਰੱਖੀ ਸੰਘੀ ਨੱਪੀ ਸੀ, ਜਿਉਂਦੇ ਜੀ ਨਾ ਈਸਟ ਇੰਡੀਆ ਸਤਲੁਜ ਕੰਪਨੀ ਸਤਲੁਜ ਟੱਪੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਰੱਖੀ ਸੰਘੀ ਨੱਪੀ ਸੀ, ਜਿਉਂਦੇ ਜੀ ਨਾ ਈਸਟ ਇੰਡੀਆ ਕੰਪਨੀ ਸਤਲੁਜ ਟੱਪੀ ਸੀ। ਕਾਬਲ ਕਿੱਥੇ, ਕੰਧਾਰ ਦਿੱਲੀ ਕੀ, ਸ਼ਿਮਲਾ ਸ਼ਾਸਨ ਸਿੱਖਾਂ ਦਾ, ਲੈ ਆਉਣਾ ਮੁੜ ਲੰਡਨ ਤੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ ਦਾ। ਵਾਹ, ਰਾਣੀ ਜਿੰਦਾ ਸਿੱਖ ਰਾਜ ਲਈ ਆਖਿਰ ਤਿਕਰ ਅੜਦੀ ਰਹੀ, ਇੱਕ ਅੰਗਰੇਜ਼ ਹਕੂਮਤ ਦੂਜਾ ਆਪਣੇ ਨਾਲ ਲੜਦੀ ਰਹੀ। ਦਲੀਪ ਨੂੰ ਕਿਹਾ ਲਾਹੌਰ ਦਾ ਰਾਜਾ, ਤੂੰ ਬਣ ਦਰਸ਼ਨ ਸਿੱਖਾਂ ਦਾ, ਲੈ ਆਉਣਾ ਮੁੜ ਲੰਡਨ ਚੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ ਦਾ। ਸਿੱਖਾਂ ਦਾ ਦੇਸ਼ ਵਾਹ ਪੰਜਾਬ ਦੇ ਨਾਲ ਮੁੱਢ ਤੋਂ ਠੱਗੀਆਂ ਹੋਈਆਂ ਚੋਰੀਆਂ ਨੇ, ਗੋਰਿਆਂ ਛੱਡੋ ਆਪਣੇ ਕਾਲਿਆਂ, ਕੀਤੀਆਂ ਹਰਾਮ ਖੋਰੀਆਂ ਨੇ, ਟੋਟੇ ਕਰ ਕਰ ਵੰਡੀਆਂ ਪਾਪਾ ਵੰਡਿਆ ਰਾਸ਼ਨ ਸਿੱਖਾਂ ਦਾ, ਲੈ ਆਉਣਾ ਮੁੜ ਲੰਡਨ ਚੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ ਦਾ। ਪਿਆ ਸਿੰਘਾਸਨ ਕਦੇ ਸਿੱਖਾਂ 84 ਕਦੇ 47, ਸਾਡੇ ਹਿੱਸੇ ਥਾਂ ਕਿਹੜੀ, ਖਾਲਿਸਤਾਨ ਬਣਾਉਣਾ ਜਿੱਥੇ ਸਾਡੇ ਧਰਤੀ ਨਾਂ ਕਿਹੜੀ, ਹਰੀਸ਼ ਖਾਲਸਾ ਰਾਜ ਕਰੂ ਮੁੜ ਪੱਖਾ ਭਾਸ਼ਣ ਸਿੱਖਾਂ ਦਾ, ਲੈ ਆਉਣਾ ਮੁੜ ਲੰਡਨ ਤੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ ਦਾ, ਲੈ ਆਉਣਾ ਮੁੜ ਲੰਡਨ ਤੋਂ ਜਿਹੜਾ ਪਿਆ ਸਿੰਘਾਸਨ ਸਿੱਖਾਂ। ਕਿਆ ਬਾਤ ਹੈ, ਵਾਹ ਵਾਹ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ਲੈ ਆਉਣਾ ਸਿੰਘਾਸਨ ਸਿੱਖਾਂ ਦਾ। ਜਿਹੜਾ ਲੰਡਨ ਪਿਆ ਹੈ ਵਾਕਈ ਹੈ, ਉਹਦੇ ਮੁਹਿੰਮ ਤਾਂ ਕਾਫੀ ਚੱਲ ਰਹੀ ਹੈ ਕਿ ਕਿਸੇ ਤਰੀਕੇ ਨਾਲ ਆਪਾਂ ਲੈ ਕੇ ਜਾਇਆ ਜਾਵੇ, ਆਪਣੇ ਕੋਹੀਨੂਰ ਨੂੰ ਵੀ ਲੈ ਕੇ ਜਾਇਆ ਜਾਵੇ, ਕਿਉਂਕਿ ਕੋਹੀਨੂਰ ਹੀ ਇੱਥੇ ਹੀ ਹੈ ਇੰਗਲੈਂਡ ਦੇ ਵਿੱਚ ਹੀ, ਤੁਹਾਨੂੰ ਸਾਰਿਆਂ ਨੂੰ ਪਤਾ ਇਹ, ਔਰ ਜਿਹੜਾ ਸਾਡਾ ਸਿੰਘਾਸਨ ਸੀ ਸਿੱਖਾਂ ਦਾ ਉਹ ਵੀ ਇੱਥੇ ਹੀ ਹੈ, ਮਹਾਰਾਜਾ ਰਣਜੀਤ ਸਿੰਘ ਹੋਣਾ ਦਾ। ਸੋ ਜਿਹੜੀਆਂ ਇਹ ਗੱਲਾਂ ਹੈਗੀਆਂ ਇਹ ਵਾਕਈ ਸੱਚੀਆਂ ਗੱਲਾਂ, ਔਰ ਤੁਸੀਂ ਬਹੁਤ ਵਧੀਆ ਲਿਖਿਆ। ਹਰੀਸ਼ ਜੀ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਤੁਹਾਡੀ ਕਲਮ ਵਿੱਚੋਂ ਹਮੇਸ਼ਾ ਸੱਚਾਈ ਨਿਕਲਦੀ ਹੈ, ਔਰ ਤੁਸੀਂ ਆਪਣੇ ਆਪ ਵੀ ਕਿਹਾ ਕਿ ਤੁਸੀਂ ਥੋੜ੍ਹਾ ਜਿਹਾ ਬਾਗੀ ਤਰੀਕੇ ਦਾ ਲਿਖਦੇ ਹੋ, ਥੋੜ੍ਹਾ ਜਿਹਾ ਬਾਗੀ ਹੋ, ਪਰ ਜਿਹੜੀਆਂ ਗੱਲਾਂ ਲਿਖਦੇ ਹੋ ਉਹ 'ਚ ਸੱਚਾਈਆਂ ਲਿਖਦੇ ਹੋ, ਉਹ ਚਾਹੇ ਕਿਸੇ ਨੂੰ ਲੱਗਦੀਆਂ ਵੀ ਹੋਣਗੀਆਂ ਬੁਰੀਆਂ, ਲੇਕਿਨ ਇੱਕ ਜਿਹੜਾ ਕਵੀ ਹੈ ਜਾਂ ਲੇਖਕ ਹੈ ਨਾ, ਉਹਦਾ ਫਰਜ਼ ਹੈ ਕਿ ਉਹ ਚੀਜ਼ਾਂ ਨੂੰ ਉਹ ਚੀਜ਼ ਲਿਖੇ ਜਿਹੜਾ ਕਿ ਚਾਹੇ ਉਹ ਜਿੱਦਾਂ ਮਰਜ਼ੀ ਕਿਸੇ ਨੂੰ ਬੁਰਾ ਲੱਗੇ, ਪਰ ਲਿਖਿਆ ਉਹੀ ਜਾਵੇ ਜੋ ਕਿਸੇ ਨੂੰ ਪਤਾ ਲੱਗ ਸਕੇ ਆਪਣੇ ਇਤਿਹਾਸ ਦਾ, ਔਰ ਜਾਂ ਆਪਣੇ ਨੂੰ ਕਿਸੇ ਨੂੰ ਸੇਧ ਮਿਲ ਸਕੇ ਉਸ ਚੀਜ਼ ਨੂੰ ਸੁਣ ਕੇ, ਔਰ ਚੰਗੀਆਂ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਉਹਦੇ ਵਿੱਚ, ਇਹ ਲੇਖਕ ਦਾ ਵੀ ਫਰਜ਼ ਬਣਦਾ ਹੈ। ਹੋਰ ਅੱਜ ਹਰੀਸ਼ ਜੀ ਤੁਸੀਂ ਕੀ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ? ਮੈਂ ਗੀਤਕਾਰਾਂ ਦੀ ਸਥਿਤੀ ਬਾਰੇ ਇੱਕ ਗੀਤ ਲਿਖਿਆ ਸੀ ਜੀ, ਕਿਤਾਬ ਦੇ ਵਿੱਚ ਦਰਜ ਹੈ, ਆਪਾਂ ਉਹ ਵੀ ਸੁਣਾ ਰਹੇ ਹਾਂ ਤੁਹਾਨੂੰ ਜੀ। ਆ ਜਾਓ, ਮੈਨੂੰ ਪਤਾ ਤੁਸੀਂ ਗੀਤਕਾਰ ਹੋ, ਤੇ ਮੈਂ ਇੱਕ ਤੁਹਾਡੇ ਗੀਤਕਾਰ ਤੋਂ ਪਹਿਲਾਂ ਮੈਂ ਗੱਲ ਹੋਰ ਕਰਨੀ ਚਾਹਾਂਗਾ ਇੱਥੇ। ਗੀਤਕਾਰ ਗੀਤ ਬਹੁਤ ਵਧੀਆ ਲਿਖਦੇ ਨੇ, ਪਰ ਨਾਂ ਜਿਹੜਾ ਹੋ ਜਾਂਦਾ ਉਹ ਗਾਇਕ ਦਾ ਹੋ ਜਾਂਦਾ ਆ, ਗੀਤਕਾਰ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ ਆ। ਤੁਸੀਂ ਇਹ ਜਦੋਂ ਲਿਖਣ ਲੱਗੇ ਇਹ ਨੀ ਸੋਚਿਆ ਕਿ ਯਾਰ ਮੇਰਾ ਨਾਂ ਤਾਂ ਪਿੱਛੇ ਹੀ ਰਹਿ ਜਾਊਗਾ, ਚਲੋ ਮੈਂ ਚਾਹੇ ਜਿੱਦਾਂ ਮਰਜ਼ੀ ਮੈਂ ਗੀਤ ਲਿਖ ਕੇ ਦਿੰਦਾ ਆ, ਪਰ ਮੇਰਾ ਗੀਤ ਜਿਹੜਾ ਨਾਂ ਆ ਉਹ ਪਿੱਛੇ ਰਹਿ ਜਾਂਦਾ, ਗਾਇਕ ਨੂੰ ਗਾਇਕ ਉਹ ਗਾ ਗਾ ਜਿਹੜਾ ਗੀਤ ਨੂੰ ਗਾ ਕੇ ਉਹ ਆਪਣਾ ਨਾਂ ਕਮਾਉਣ ਦਾ ਪੈਸੇ ਕਮਾ ਲੈਂਦੇ ਆ, ਕੀ ਗੀਤਕਾਰ ਨੂੰ ਉਹਨਾਂ ਦਾ ਬਣਿਆ ਹੱਕ ਮਿਲਦਾ, ਇਹਦੇ ਬਾਰੇ ਵੀ ਜ਼ਰੂਰ ਗੱਲ ਕਰਿਓ। ਗੀਤਕਾਰ ਗੀਤ ਦਾ ਜਨਮਦਾਤਾ ਜ਼ਰੂਰ ਹੈ ਜੀ, ਪਰ ਪਾਲਦਾ ਉਹਨੂੰ ਕਲਾਕਾਰ ਹੀ ਆ, ਜਿੰਨੀ ਕੁ ਮੇਰੀ ਸਮਝ ਹੈ। ਮੈਂ ਸਮਝਦਾ ਕਿ ਪਾਲਣ ਵਾਲੇ ਦਾ ਹੱਕ ਆ ਜਿਹੜਾ ਜ਼ਿਆਦਾ ਹੁੰਦਾ ਹੈ। ਜੀ ਕ੍ਰਿਸ਼ਨ ਭਗਵਾਨ ਦੇਵਕੀ ਨਾਲੋਂ ਯਸ਼ੋਧਾ ਦਾ ਨੰਦਨ ਆ ਜਿਹੜਾ, ਯਸ਼ੋਧਾ ਦਾ ਲਾਲਾ ਜ਼ਿਆਦਾ ਗਿਣਿਆ ਜਾਂਦਾ। ਜੀ ਬਾਕੀ ਐਸੇ ਜੀ ਗੀਤਕਾਰ ਗੀਤ ਲਿਖ ਦਿੰਦਾ ਹੈ, ਪਰ ਕਲਾਕਾਰ ਉਸ ਗੀਤ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਲਾ ਲਓ,
ਜਾਂ ਮਿਹਨਤ ਲਾ ਲਓ ਕਰਦਾ ਹੈ। ਗੀਤਕਾਰ ਇੱਕ ਵਾਰ ਗੀਤ ਲਿਖਦੇ ਆ ਠੀਕ ਹੈ, ਕਲਾਕਾਰ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਉਪਰਾਲੇ ਕਰਦਾ, ਜਿਸ ਤੋਂ 4 ਪੈਸੇ ਕਮਾਉਂਦਾ, ਤੇ ਇਹ 'ਚ ਕੋਈ ਹਰਜ ਨਹੀਂ। ਜੀ, ਮੈਂ ਪਰ ਸਮਝਦਾ ਵੀ ਇਸ ਕਿਤੇ ਤੋਂ ਨਾ ਤੱਕ ਕਰ ਗੀਤਕਾਰ ਨੂੰ ਵੀ ਉਹਦਾ ਹੱਕ ਮਿਲਣਾ ਚਾਹੀਦਾ ਜਿਹਨੇ ਗੀਤ ਲਿਖਿਆ ਹੈ, ਕੀ ਤੁਸੀਂ ਇਹ ਨਹੀਂ ਸੋਚਦੇ? ਹਾਂ, ਉਹ ਗੱਲ ਚਲੋ ਥੋੜੀ ਜਿਹੀ ਕਲਾਕਾਰ ਨੂੰ ਵੀ ਸੋਚਣੀ ਚਾਹੀਦਾ, ਜਿਵੇਂ ਮੈਂ ਵੱਡਾ ਦਿਲ ਰੱਖ ਕੇ ਗੱਲ ਕਰ ਰਿਹਾ ਕਿ ਕਲਾਕਾਰਾਂ ਨੂੰ ਪਰਮਾਤਮਾ ਜ਼ਿਆਦਾ ਦਵੇ, ਉਹਨਾਂ ਦੇ ਗੀਤ ਚੱਲਣ, ਜੀ ਤਾਂ ਲਾਜ਼ਮੀ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਗੀਤਕਾਰ ਦਾ ਵੀ ਚਲੋ ਧਿਆਨ ਰੱਖਣਾ ਚਾਹੀਦਾ ਜੀ। ਪਰ ਜੀ ਸਾਡੇ ਗੀਤਕਾਰਾਂ ਦੀ ਆਰਥਿਕ ਹਾਲਤ ਹੈ ਜਿਹੜੀ ਮਾੜੀ ਰਹੀ ਹੈ ਗੁੰਮਨਾਮੀ ਦੇ ਹਨੇਰੇ ਦੇ ਵਿੱਚ ਪਹਿਲਾਂ ਤੋਂ ਹੀ। ਸਾਡੇ ਮੇਰੇ ਖਿਆਲ ਕਾਫੀ ਅੱਛੇ ਗੀਤਕਾਰ ਨੇ ਜਿਹੜੇ ਉਹ ਖੁਦਕੁਸ਼ੀਆਂ ਵੀ ਪੁਰਾਣੇ ਸਮਿਆਂ ਤੋਂ ਲੈ ਕੇ ਕਰਦੇ ਰਹੇ ਨੇ। ਜੀ ਚਲੋ, ਮੈਂ ਇੱਕ ਮਜ਼ਾਕ ਲਹਿਜੇ ਦੇ ਵਿੱਚ ਗੀਤ ਲਿਖਿਆ ਸੀ ਜੀ, ਉਸ ਜੀ ਗੱਲ ਆ ਨੂੰ ਜਾਓ ਸ਼ੁਰੂ ਕਰ ਰਿਹਾ। ਜੀ, ਆ ਜਾਓ। ਇੱਕ ਗੀਤਕਾਰ ਕਹਿੰਦਾ ਜੀ, ਕਹਿੰਦਾ ਮੇਰਾ ਵੀ ਦਿਲ ਕਰਦਾ ਏ ਕਿ ਗਊ ਗਾਰ ਚੋਂ ਕੱਢਾਂ ਆ ਗੁਰਬਤ ਤੇ ਗਰੀਬੀ ਵਾਲਾ ਸਾਹਾ ਵੱਢਾਂ, ਮਿਲੇ ਕਲਮ ਦਾ ਮਾਣ ਤੇ ਮੈਂ ਵੀ ਸੀਨਾ ਤਾਣ ਕੇ ਕਹਿਦਾ, ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈਦਾ, ਸੂਟ ਹੀ ਇੱਕ ਲੈਦਾ। ਗੀਤ ਨੂੰ ਸੂਟ ਹੀ ਲੈ, ਜਿਹਦੇ ਪੈਰਾਂ ਹੇਠ ਬਟੇਰ ਉਹ ਲੱਖ ਕਰੋੜ ਕਮਾਉਂਦੇ, ਭਾਵੇਂ ਪਾਕਿਸਤਾਨੀ ਗੀਤਾਂ ਨੂੰ ਬਸ ਕਾਟ ਹੀ ਲਾਉਂਦੇ, ਕਲਾਕਾਰ ਵੀ ਪੈਸੇ ਮੰਗਦੇ ਨੇ ਭਲਾ ਕਿੱਥੋਂ ਦੇ ਦਾਂ, ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈ ਦਾਂ, ਸੂਟ ਹੀ ਲੈ ਦਾਂ। ਮੈਂ ਟੀਚਰਾਂ ਤਾਨੇ ਟੌਂਚਾਂ ਮੈਂ ਘਰਦਿਆਂ ਦੀਆਂ ਸਹਿੰਦਾ, ਦਿਨ ਰਾਤ ਕਮਲਿਆ ਕਾਗਜ਼ ਕਹਿੰਦੇ ਕਾਲੇ ਕਰਦਾ ਰਹਿੰਦਾ, ਮੈਂ ਸ਼ਾਇਦ ਯਾਰ ਜੁਗਾੜੀ ਨਹੀਂ ਜੁੜ ਤੋੜ ਨਾ ਬਹਿੰਦਾ, ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈ ਦਾਂ। ਨਾ ਸ਼ਬਦਾਂ ਵਿੱਚ ਅਖਬਾਰਾਂ ਦੇ ਨਾ ਕੋਈ ਸਿਫਾਰਿਸ਼, ਉਂਝ ਜਾਣ ਪਛਾਣ ਬਥੇਰੀ ਕੀਤੀ ਨਹੀਂ ਫਰਮਾਇਸ਼, ਬੜੇ ਚਿੱਠੀਆਂ ਭੇਜੇ ਮੇਲ ਥੋੜੀ ਕੋਈ ਥਾਂ ਨਹੀਂ ਦਿੰਦਾ, ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈਣਾ। ਮਨ ਦਾ ਮੌਜੀ ਹੈ ਹਰੀਸ਼ ਇਹ ਚਾਪਲੂਸੀ ਤੋਂ ਭੱਜਦਾ, ਤਾਂ ਹੀ ਕਿਸੇ ਗੀਤ ਦਾ ਉਖੜਾ ਨਾ ਡੀਜੇ ਤੇ ਵੱਜਦਾ, ਡਰਾਂ ਕਲਾਕਾਰਾਂ ਘਰ ਗੀੜਿਆਂ ਤੋਂ ਬਸ ਘਰੇ ਹੀ ਬਹਿ ਜਾਂ, ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈਣਾ, ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈਣਾ। ਕਿਆ ਬਾਤ ਹੈ, ਵਾਕਈ ਇੱਕ ਗੀਤ ਵੇਚ ਕੇ ਘਰ ਵਾਲੀ ਸੂਟ ਹੀ ਲੈਣਾ, ਕਲਾਕਾਰ ਤਾਂ ਇਹੀ ਸੋਚਦਾ। ਪਰ ਜਿਹੜਾ ਤੁਸੀਂ ਜ਼ਿਕਰ ਕੀਤਾ ਰਹੀ ਸੀ ਵੀ ਇੱਕ ਗੀਤ ਵੇਚ ਕੇ ਘਰ ਵਾਲੀ ਨੂੰ ਸੂਟ ਹੀ ਲੈਣਾ, ਪਰ ਇਹਦਾ ਜਵਾਬ ਤੁਹਾਨੂੰ ਮੈਂ ਦਿੰਦਾ, ਘਰ ਵਾਲੀ ਕੀ ਕਹਿੰਦੀ ਹੈ ਜਦੋਂ ਉਹ ਆਪਣੇ ਜਿਹਨੂੰ ਆਪਣੇ ਘਰ ਵਾਲੇ ਨਾਲ ਪਿਆਰ ਕਰਦੀ ਹੈ ਉਹਦੇ ਬਾਰੇ ਕੀ ਕਹਿੰਦੀ, ਕਿਉਂਕਿ ਘਰ ਵਾਲੇ ਨੇ ਕਿਹਾ ਤਾਂ ਮੈਂ ਇੱਕ ਗੀਤ ਵੇਚ ਕੇ ਸੂਟ ਹੀ ਲੈਦਾ, ਤੇ ਘਰ ਵਾਲੀ ਮੋਹਿਓ ਕਹਿੰਦੀ ਹੈ ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ, ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ ਸਭ ਕੁਝ ਮਿਲਿਆ ਮਿਲਿਆ ਲੱਗਦਾ ਹੈ, ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ ਸਭ ਕੁਝ ਮਿਲਿਆ ਮਿਲਿਆ ਲੱਗਦਾ ਹੈ, ਜ਼ਿੰਦਗੀ ਹਸੀਨ ਜਿਹੀ ਲੱਗਦੀ ਹੈ ਤੇ ਦਿਲ ਖਿੜਿਆ ਖਿੜਿਆ ਲੱਗਦਾ ਹੈ। ਸੋ ਇਹ ਗੱਲ ਮੈਂ ਘਰ ਵਾਲੀ ਵੱਲੋਂ ਕਹਿ ਰਿਹਾ ਤੁਹਾਨੂੰ ਵੀ ਜਿਹੜੀ ਜਿਹੜੀ ਗੱਲ ਹੁੰਦੀ ਹੈ ਨਾ ਕਿ ਜੇ ਬੰਦਾ ਤਾਂ ਸੋਚਦਾ ਮੈਂ ਆ ਲੈ, ਲੇਕਿਨ ਘਰ ਵਾਲੀ ਵੀ ਜਿਸ ਤਰ੍ਹਾਂ ਆਪਣੇ ਘਰ ਵਾਲੇ ਨਾਲ ਰਹਿੰਦੀ ਹੈ ਨਾ ਉਹ ਖੁਸ਼ ਹੀ ਰਹਿੰਦੀ ਹੈ, ਉਹਨੂੰ ਉਹਦੇ ਘਰ ਤੋਂ ਵੱਧ ਕੇ ਕੁਛ ਨਹੀਂ ਹੁੰਦਾ, ਪਰ ਫਿਰ ਵੀ ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਇਹ ਵੀ ਬਹੁਤ ਜ਼ਰੂਰੀ ਹੁੰਦੀਆਂ। ਹਰੀ ਜੀ, ਵਾਕਈ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਦੇ ਹੋਏ ਅੱਜ ਇਸ ਪ੍ਰੋਗਰਾਮ ਵਿੱਚ। ਹੋਰ ਜਿਹੜੇ ਤੁਹਾਡੇ ਦਿਲ ਦੇ ਨਜ਼ਦੀਕ ਆ, ਮੈਂ ਚਾਹਾਂਗਾ ਕਿ ਤੁਸੀਂ ਤੁਸੀਂ ਆਪ ਗਾਉਂਦੇ ਵੀ ਹੋ ਤੇ ਕੋਈ ਨਾ ਕੋਈ ਤਰੁਨਮ 'ਚ ਵੀ ਸਾਨੂੰ ਕੁਛ ਗਾ ਕੇ ਸੁਣਾਓ, ਕਿਉਂਕਿ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ, ਤੁਹਾਡੇ ਗੀਤ ਕਾਫੀ ਆਏ ਨੇ, ਤੁਸੀਂ ਆਪ ਵੀ ਗਾਏ ਨੇ। ਇੱਕ ਗੀਤਕਾਰ ਜਦੋਂ ਗਾਇਕ ਬਣ ਜਾਂਦਾ ਨਾ, ਕਿਉਂਕਿ ਅੱਜ ਕੱਲ੍ਹ ਇੱਕ ਰੁਝਾਨ ਚੱਲ ਗਿਆ ਵੀ ਜਿਹੜਾ ਗੀਤਕਾਰ ਹੈ ਉਹ ਗਾਉਣ ਲੱਗ ਪੈਂਦਾ ਤੇ ਗਾ ਗਾਉਂਦੇ ਗਾਉਂਦੇ ਫਿਰ ਫਿਲਮਾਂ 'ਚ ਵੀ ਆਉਣ ਲੱਗ ਪੈਂਦੇ ਨੇ। ਤੁਸੀਂ ਜੀ ਗੀਤ ਗੀਤਕਾਰ ਹੋ ਔਰ ਗੀਤ ਗਾਏ ਵੀ ਨੇ, ਅੱਗੇ ਕਿਸ ਤਰ੍ਹਾਂ ਦਾ ਪਲਾਨ ਹੈ ਤੁਹਾਡੀ ਜ਼ਿੰਦਗੀ ਵਿੱਚ? ਨਹੀਂ, ਕੋਈ ਪਲਾਨਿੰਗ ਵਾਲੀ ਏਡੀ ਕੋਈ ਗੱਲ ਨਹੀਂ ਜੀ, ਬਸ ਮਸਤ ਚੱਲ ਰਿਹਾ, ਜਿਵੇਂ ਦਾ ਤੇ ਰਜਾ ਵਿੱਚ ਰਿਕਾਰਡਿੰਗਾਂ ਵੀ ਕਰ ਰਹੇ ਹਾਂ, ਆਪਣਾ ਵੀ ਕਰ ਰਹੇ,
ਕੁਛ ਕਿਤਾਬ ਲਿਖ ਰਹੇ ਹਾਂ, ਦੋ ਕਿਤਾਬਾਂ ਜੀ ਤਿੰਨ ਹੋਰ ਆ ਰਹੀਆਂ ਨੇ ਜੀ। ਕਿਆ ਬਾਤ, ਉਹ ਵੀ ਗੀਤ ਤੇ ਗਜ਼ਲਾਂ ਦੀਆਂ ਕਿ ਜਾਂ ਕੁਛ ਉਸ ਤੋਂ ਹਟ ਕੇ ਆ? ਇੱਕ ਕਿਤਾਬ ਜਿਹੜੇ ਰਿਕਾਰਡ ਗੀਤ ਹੋਏ ਨੇ ਜੀ ਹੁਣ ਤੱਕ 100-150 ਦੇ ਕਰੀਬ, ਉਹਨਾਂ ਨੇ ਕਿਤਾਬ ਛਪਵਾ ਰਹੇ ਹੈ ਜੀ ਬਕਾਇਦਾ, ਉਹਨਾਂ ਕਲਾਕਾਰਾਂ ਦੇ ਨਾਵਾਂ ਸਮੇਤ ਵੀ ਕਿਹੜਾ ਕਿਹੜਾ ਗੀਤ ਕਿਹੜੇ ਕਲਾਕਾਰ ਨੇ ਗਾਇਆ, ਜੀ ਚਲੋ ਗੀਤ ਵੀ ਕਰਨਗੇ ਜੀ। ਜੀ ਜੀ ਦੋਸਤਾਂ ਵੱਲੋਂ ਹੀ, ਕਲਾਕਾਰਾਂ ਮਿੱਤਰਾਂ ਵੱਲੋਂ ਹੀ ਮੇਰੇ ਮੈਨੂੰ ਫਰਮਾਇਸ਼ ਸੀ ਕਿ ਆਪਣੀ ਉਹ ਪੁਰਾਣੀ ਕਿਤਾਬ ਆਪਾਂ ਛਪਾਉਂਦੇ ਹਾਂ ਰਿਕਾਰਡ ਗੀਤਾਂ ਦੇ। ਜੀ ਇੱਕ ਜਿਹੜੇ ਸਾਡੇ ਪੁਰਾਣੇ ਸ਼ਾਇਰ ਹੋਏ ਨੇ ਜੀ, ਬਾਬਾ ਸ਼ੇਖ ਫਰੀਦ ਜੀ, ਸੂਫੀ ਕਾਵਿ ਤੋਂ ਲਈਏ ਜੇ ਆਪਾਂ, ਬਾਬਾ ਸ਼ੇਖ ਫਰੀਦ ਜੀ, ਬਾਬਾ ਬੁੱਲੇ ਸ਼ਾਹ ਜੀ, ਧਨੀ ਜੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ ਜੀ, ਜੀ ਭਾਈ ਕਾਨ ਸਿੰਘ ਜੀ ਨਾਭਾ ਹੋਰੀ, ਪੁਰਾਣੀਆਂ ਸ਼ਖਸੀਅਤਾਂ ਸਾਰੀਆਂ ਜੀ, ਸ਼ਿਵ ਕੁਮਾਰ ਜੀ ਬਟਾਲਵੀ ਜੀ, ਅਮਰ ਬੇਦਮ, ਸੰਤ ਰਾਮ ਉਦਾਸੀ ਜੀ, ਇਹਨਾਂ ਜੀ ਸਾਰੀਆਂ ਸ਼ਖਸੀਅਤਾਂ ਦਾ ਜੀਵਨ ਹੈ ਜਿਹੜਾ ਜੀ ਮੈਂ ਕਾਵਿ ਵਿਧਾ ਦੇ ਵਿੱਚ ਲਿਖਿਆ, ਤੇ ਉਹ ਕਿਆ ਸਾਰਿਆਂ ਬਾਤ, ਦੀ ਇੱਕ ਵਾਹ ਬੁੱਕ, ਹਾਂਜੀ ਉਹਨਾਂ ਦੀ ਅਲੱਗ ਤੋਂ ਕਿਤਾਬ ਛਪਾਉਣ ਬਾਰੇ ਸੋਚ ਰਹੇ ਸੀ, ਜੀ ਉਹਦਾ ਨਾਮ ਵੀ ਡਿਸਾਈਡ ਹੋ ਗਿਆ ਜੀ, ਕਾਵਿ ਮਾਲਾ ਦੇ ਮਣ ਕੇ ਜਿਹੜੀ ਅਗਲੀ ਕਿਤਾਬ ਹੈ ਉਹ ਕਰ ਰਹੇ ਹਾਂ, ਉਹਦੀ ਤਿਆਰੀ ਚੱਲ ਰਹੀ ਹੈ ਪੂਰੀ। ਚਲੋ, ਅਸੀਂ ਵੀ ਇੰਤਜ਼ਾਰ ਕਰਾਂਗੇ ਉਸ ਕਿਤਾਬ ਦਾ ਕਿ ਜਲਦੀ ਜਲਦੀ ਉਹ ਆਵੇ ਤੇ ਅਸੀਂ ਉਸ ਨੂੰ ਪੜ੍ਹ ਸਕੀਏ, ਤੇ ਜੇ ਉਹਦੇ ਵਿੱਚ ਕੋਈ ਸੁਣਾਉਣਾ ਚਾਹੁੰਦੇ ਸੁਣਾ ਸਕਦੇ ਹੋ ਤੁਸੀਂ, ਵੈਸੇ ਅਸੀਂ ਕੋਈ ਗੱਲ ਨਹੀਂ ਹੈ। ਉਹ ਕਾਫੀ ਲੰਬਾ ਹੋ ਜਾਂਦਾ ਜੀ, ਬਾਬੂ ਬਾਬੂ ਰਜ਼ਬ ਅਲੀ ਦੇ ਜੀ ਤੇ ਵੀ ਮੈਂ ਲਿਖਿਆ, ਸਾਰਿਆਂ ਦੀ ਜੀ ਜ਼ਿੰਦਗੀ ਹੀ ਐਵੇਂ ਲਿਖੀ ਹੈ ਜੀ, ਪੂਰੀ ਟੋਟਲ ਜਿਹਨਾਂ ਦਾ ਜੀਵਨ ਬਿਰਤਾਂਤ ਹੈ ਸਾਰਾ ਉਹ ਕਾਵਿ ਰੂਪ ਦੇ ਵਿੱਚ ਲਿਖਿਆ। ਕਿਆ ਬਾਤ ਹੈ, ਚਲੋ ਫਿਰ ਆ ਜਾਓ ਕੁਛ ਹੋਰ ਆਪਣੇ, ਜਿਹੜੀ ਤੁਹਾਡੀ ਆਵਾਜ਼ ਹੈ ਅਸੀਂ ਉਹ ਵੀ ਸੁਣ ਲਈਏ, ਕਿ ਪਹਿਲਾਂ ਅਸੀਂ ਇੱਕ ਸੁਣ ਚੁੱਕੇ ਹਾਂ, ਲੇਕਿਨ ਕੁਛ ਹੋਰ ਤੁਹਾਨੂੰ ਸਾਨੂੰ ਸੁਣਾ ਦਿਓ। ਜ਼ਰੂਰ ਜੀ, ਆਪਾਂ ਗਜ਼ਲ ਨੂੰ ਇੱਕ ਗੀਤ ਦੇ ਤੌਰ ਤੇ ਸੋਚ ਕੇ ਦੇਖ ਰਹੇ ਹਾਂ ਜੀ। ਜੀ ਸਭ ਸ਼ੇਰ ਸੋਹਣਿਆ ਸੱਜਣਾ, ਸਭ ਸ਼ੇਰ ਸੋਹਣਿਆ ਸੱਜਣਾ, ਤੇਰੇ ਨਾ ਕਰ ਦਿਆ ਤੂੰ ਹਾਂ ਕਰ ਦੇ ਇੱਕ ਵਾਰ, ਤੇਰੇ ਨਾ ਜਾ ਕਰ ਦਿਆ ਸਭ ਸ਼ੇਰ ਸੋਹਣਿਆ ਸੱਜਣਾ, ਤੇਰੇ ਨਾ ਕਰ ਦਿਆ ਵੇ ਤੂੰ ਹਾਂ ਕਰ ਦੇ ਇੱਕ ਵਾਰ, ਤੇਰੇ ਨਾ ਜਾ ਕਰ ਦਿਆ ਮੇਰੇ ਰੋਮ ਰੋਮ ਵਿੱਚ ਤੇਰਾ ਨਾ ਹੀ ਰਚ ਗਿਆ ਏ, ਤੇਰਾ ਨਾ ਹੀ ਲੱਗਦਾ ਰੱਬ ਦਾ ਨਾ ਮੈਂ ਤਾਂ ਕਰ ਦਿਆ, ਤੇਰੇ ਲਈ ਹੱਡੀਆਂ ਤੋੜ ਕੋਈ ਪਲਿੰਗ ਬਣਾਵਾਂ ਮੈਂ, ਬਸ ਚੱਲੇ ਤਰਾ ਕੇ ਖਲ ਤੇਰੇ ਲਈ ਚਾ ਕਰ ਦਿਆ ਸਭ ਸ਼ੇਰ ਸੋਹਣਿਆ ਸੱਜਣਾ, ਸਭ ਸ਼ੇਰ ਸੋਹਣਿਆ ਸੱਜਣਾ, ਤੇਰੇ ਨਾ ਕਰ ਦਿਆ ਵੇ ਤੂੰ ਹਾਂ ਕਰ ਦੇ ਇੱਕ ਵਾਰ, ਤੇਰੇ ਨਾ ਜਾ ਕਰ ਦਿਆ ਮੇਰੀ ਮੈਂ ਮਿੱਟ ਗਈ ਚੋਂ ਪਾਸੇ ਤੂੰ ਹੀ ਤੂੰ ਦਿਸਦਾ, ਜਿਹੜੀ ਤਿੰਨ ਗਜ ਆਉਂਦੀ ਨਾ ਤੇਰੇ ਉਹ ਥਾਂ ਕਰ ਦਿਆ, ਤੇਰੀ ਖੈਰ ਖੁਦਾ ਤੂੰ ਪੈਰ ਪੈਰ ਤੇ ਮੈਂ ਮੰਗਦਾ, ਕੋਈ ਹਵਨ ਕਰਾਂ ਜਾ ਦਾਨ ਫੇਰ ਕੋਈ ਗਾਂ ਕਰ ਦਿਆ ਸਭ ਸ਼ੇਰ ਸੋਹਣਿਆ ਸੱਜਣਾ, ਸ਼ੇਰ ਸੋਹਣਿਆ ਸੱਜਣਾ, ਤੇਰੇ ਨਾ ਕਰ ਦਿਆ ਤੂੰ ਹਾਂ ਕਰ ਦੇ ਇੱਕ ਵਾਰ, ਤੇਰੇ ਨਾ ਜਾ ਕਰ ਦਿਆ
ਜੇ ਕਾਗ ਬਨੇਰੇ ਬੋਲਿਆ ਤੇ ਹੀ ਤੂੰ ਆਉਣਾ, ਦਿਲ ਵਾਸ ਮਿਲਾ ਚੂਰੀ ਵਿੱਚ ਕੱਠੇ ਕਾਂ ਕਰ ਦਿਆ, ਵਾਹ ਵਾਹ ਖੂਹਾਂ ਵਾਹ ਨੂੰ ਮਿਲਣ ਤਾਂ ਖੂਹ ਰੂਹ ਨੂੰ ਰੂਹ ਮਿਲ ਜਾਂਦੀ, ਤੇਰਾ ਨਾਂ ਹੀ ਰੱਖ ਲਵਾਂ ਤੇਰੀ ਸ਼ਪਰਾਂ ਕਰ ਦਿਆ, ਸਭ ਸ਼ੇਰ ਸੋਹਣਿਆ ਸੱਜਣਾ ਤੇਰੇ ਨਾਂ ਕਰ ਦਿਆ, ਤੂੰ ਹਾਂ ਕਰਦੇ ਇੱਕ ਵਾਰ ਤੇਰੇ ਨਾਂ ਜਾ ਕਰ ਦਿਆ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ! ਵਾਕਈ ਬਹੁਤ ਵਧੀਆ ਆਵਾਜ਼ ਵੀ ਹੈ ਤੁਹਾਡੀ, ਜਿੰਨਾ ਵਧੀਆ ਲਿਖਦੇ ਹੋ ਉਨੇ ਵਧੀਆ ਤੁਸੀਂ ਗਾਉਂਦੇ ਵੀ ਹੋ ਜੀ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੀ ਤੁਸੀਂ ਗਾਉਂਦੇ ਕਈ ਵੀਡੀਓ ਵੀ ਆ ਜਾਂ ਰਿਕਾਰਡਿੰਗ ਚੱਲ ਰਹੀ ਹੈ ਤੁਹਾਡੇ ਹੋਰ ਗੀਤਾਂ ਦੀ, ਇੱਥੇ ਮੈਂ ਗੱਲ ਹੋਰ ਜ਼ਿਕਰ ਕਰਨਾ ਚਾਹਾਂਗਾ। ਜਦੋਂ ਤੁਸੀਂ ਗੀਤ ਲਿਖਦੇ ਹੋ, ਅੱਜ ਕੱਲ੍ਹ ਕਈ ਗੀਤ ਹੈ ਜਿਹੜੇ ਆਪਾਂ ਕਹਿ ਲਈਏ ਵੀ ਉਹ ਗੀਤਾਂ ਨੂੰ ਸੁਣਨ ਦਾ ਦਿਲ ਹੀ ਕਰਦਾ ਸਿਰਫ ਉਹ 'ਚ, ਕਿਉਂਕਿ ਮਿਊਜ਼ਿਕ ਹੀ ਵੱਜਦਾ, ਜਾਂ ਉਹਦੇ 'ਚ ਕਈ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਨਹੀਂ ਆਪਾਂ ਸੁਣਨੀਆਂ ਹੁੰਦੀਆਂ ਕਿਉਂਕਿ ਹਥਿਆਰਾਂ ਦੀ ਗੱਲ ਚੱਲਦੀ ਹੈ, ਪਰ ਤੁਹਾਡੇ ਕਿਸੇ ਵੀ ਗੀਤ 'ਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਕੀ ਸੋਚਦੇ ਹੋ ਵੀ ਕਿਸ ਤਰ੍ਹਾਂ ਦੇ ਗੀਤ ਲਿਖਣੇ ਚਾਹੀਦੇ ਹੈ ਇੱਕ ਗੀਤਕਾਰ ਨੂੰ? ਬਾਈ ਜੀ ਦੇਖੋ, ਜੇ ਹਥਿਆਰਾਂ ਦੀ ਗੱਲ ਚੱਲਦੀ ਹੈ ਤਾਂ ਮਤਲਬ ਸਾਡੇ ਸੰਸਾਰ ਦੇ, ਸਾਡੇ ਸਮਾਜ ਦੇ ਵਿੱਚ ਜੀ ਹਥਿਆਰਾਂ ਦਾ ਬੋਲਬਾਲਾ ਵੀ ਹੈ। ਜੀ ਜੇ ਹਥਿਆਰਾਂ ਦਾ ਬੋਲਬਾਲਾ, ਹਥਿਆਰ ਯੂਜ਼ ਹੁੰਦੇ ਨੇ ਗੀਤਾਂ ਦੇ ਵਿੱਚ, ਜੀ ਉਹਨਾਂ ਚੀਜ਼ਾਂ ਦਾ ਜ਼ਿਕਰ ਹੁੰਦਾ ਜਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਚੱਲ ਰਹੀਆਂ ਨੇ। ਜੇ ਜੀ ਸਮਾਜ ਦੇ ਵਿੱਚ ਸ਼ਰਾਬ ਚੱਲਦੀ ਹੈ ਤਾਂ ਗੀਤਾਂ ਦੇ ਵਿੱਚ ਸ਼ਰਾਬ ਵੀ ਹੋਊਗੀ, ਜੇ ਗੀਤਾਂ 'ਚ ਲੜਾਈ ਹੁੰਦੀ ਹੈ, ਜੇ ਅੱਜ ਗੈਂਗਸਟਰ ਚੱਲ ਰਿਹਾ ਤਾਂ ਗੀਤਾਂ ਦੇ ਵਿੱਚ ਵੀ ਉਹੀ ਚੀਜ਼ ਆਊਗੀ। ਜੀ ਹਰੀਸ਼ ਜੀ, ਤੁਸੀਂ ਜਦੋਂ ਆਪਣਾ ਕਿਸਾਨੀ ਅੰਦੋਲਨ, ਚੰਗੀ ਚੀਜ਼ ਕੋਈ ਸਿੱਖਦਾ ਨਹੀਂ ਹੁੰਦਾ, ਮਾੜੀ ਚੀਜ਼ ਵੱਲ ਜ਼ਿਆਦਾ ਜਾਂਦੇ ਨੇ, ਚੱਲੀ ਚੱਲ ਜਾਂਦਾ। ਬੱਚਾ ਜੀ ਕਰਦਾ, ਜੀ ਥੋੜਾ ਜਿਹਾ ਕਲਾਕਾਰਾਂ ਨੂੰ ਇਹ ਚਾਹੀਦਾ ਵੀ ਚੀਜ਼ਾਂ ਨੂੰ ਪ੍ਰਮੋਟ ਨਾ ਕਰਿਆ ਜਾਵੇ ਤਾਂ ਚੰਗੀ ਗੱਲ ਹੈ। ਜੀ 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 ਬਾਕੀ ਸਾਡੇ ਹਰੀਸ਼ ਜੀ, ਤੁਸੀਂ ਸਾਹਿਬ ਵੀ ਜ਼ਿਕਰ ਕਰਦੇ ਨੇ ਕਿ ਦਾਰੂ ਘਰ ਦੀ ਹਾਂਜੀ ਹਾਂਜੀ ਦਾਰੂ ਜੀ ਆਪਣਾ ਪੰਜਾਬ ਹੋ, ਤੇ ਪੰਮੀ ਬਾਈ ਜੀ ਨੇ ਵੀ ਕਿਹਾ ਕਿ ਦਾਰੂ ਘਰ ਦੀ ਬੰਦਾ ਬੰਦੂਕ 12 ਬੋਰ ਦੀ, ਦੋ ਚੀਜ਼ਾਂ ਜੱਟ ਮੰਗਦਾ। ਸੋ ਗੱਲਾਂ ਚੱਲੀ ਜਾਂਦੀਆਂ ਨੇ, ਹਿੱਟ ਵੀ ਹੁੰਦੀਆਂ ਨੇ, ਲੋਕ ਸੁਣਦੇ ਨੇ, ਵੱਡੇ ਵੱਡੇ ਸਮਾਗਮ ਦੇ ਵਿੱਚ ਵੱਜਦੇ ਨੇ। ਜੀ ਤੁਹਾਡਾ ਕਿਸਾਨੀ ਅੰਦੋਲਨ ਵੇਲੇ ਵੀ ਇੱਕ ਗੀਤ ਆਇਆ ਸੀ ਜੋ ਬਹੁਤ ਹੀ ਮਕਬੂਲ ਹੋਇਆ, ਗੀਤ ਕਈ ਜਗ੍ਹਾ ਤੇ ਤੁਹਾਨੂੰ ਬੁਲਾ ਕੇ ਉਹਦਾ ਸਨਮਾਨ ਵੀ ਕੀਤਾ ਗਿਆ ਔਰ ਉਸ ਗੀਤ ਨੂੰ ਸੁਣਿਆ ਵੀ ਗਿਆ ਕਿਸਾਨੀ ਮੋਰਚੇ ਦੇ ਉੱਪਰ। ਮੈਂ ਚਾਹਾਂਗਾ ਉਸ ਗੀਤ ਦੀ ਵੀ ਜ਼ਰੂਰ ਜ਼ਿਕਰ ਕਰੋ ਸਾਡੇ ਤੁਸੀਂ। ਉਹ ਮੇਰਾ ਦੋਸਤ ਹੈ ਜੀ ਮੁੰਡਾ ਅਮਨ ਹਰਦਾਸਪੁਰ, ਗੀਤ ਮੈਂ ਜੀ ਫੇਸਬੁੱਕ ਤੇ ਲਿਖ ਕੇ ਪਾਇਆ ਸੀ। ਉਹ ਜੀ ਮੈਨੂੰ ਕਹਿੰਦੇ ਵੀ ਆਪਾਂ ਨੇ ਰਿਕਾਰਡ ਕਰਾਉਣਾ ਸੀ, ਜਦੋਂ ਗੀਤ ਰਿਕਾਰਡ ਕਰਿਆ ਅੱਛਾ ਬਣ ਗਿਆ। ਉਹ ਨਾਲ ਦੀ ਨਾਲੇ ਕੋਈ ਕੰਪਨੀ ਸੀ, ਉਹਨਾਂ ਨੇ ਦੂਜੇ ਤੀਜੇ ਦਿਨ ਹੀ ਸ਼ੂਟ ਕਰਕੇ ਗੀਤ 7-8 ਦਿਨਾਂ ਦੇ ਵਿੱਚ ਹੀ ਮਾਰਕੀਟ 'ਚ ਲਿਆਂਦਾ, ਤੇ ਕਾਫੀ ਅੱਛਾ ਜੀ ਰਿਸਪੋਂਸ ਸੀ ਜਿਹੜਾ ਉਹ ਗੀਤ ਨੂੰ। ਮੇਰੇ ਖਿਆਲ ਜੀ ਦਿੱਲੀ ਜਾਣ ਤੋਂ ਪਹਿਲੇ ਅਸੀਂ ਉਹ ਗੀਤ ਰਿਕਾਰਡ ਕੀਤਾ ਸੀ, ਤੇ ਕਿਸਾਨਾਂ ਨੂੰ ਸਾਡੀ ਇਹੀ ਗਾਣੇ ਦੀ ਗੱਲ ਸੀ ਵੀ ਹੱਲਾ ਬੋਲ ਹਿਲਾ ਦੋ ਦਿੱਲੀ ਜੀ ਚੱਕ ਦਿਓ ਵਾਰ ਚੋ ਜੀ, ਸੋ ਬੋਲ ਸੀ ਜੀ। ਦਾਤੀਆਂ ਕਹੀਆਂ ਤੰਗਲੀਆਂ ਵਾਲਿਓ, ਹਲਾ ਪੰਜਾਲੀਆਂ ਸਣਗੀਆਂ ਵਾਲਿਓ, ਦਾਤੀਆਂ ਕਹੀਆਂ ਤੰਗਲੀਆਂ ਵਾਲਿਓ, ਹਲਾ ਪੰਜਾਲੀਆਂ ਸਣਗੀਆਂ ਵਾਲਿਓ, ਵਾਹਿਗੁਰੂ ਬੋਲ ਪੰਜਾਬੀ ਛੇਰਾ, ਵਾਹਿਗੁਰੂ ਬੋਲ ਪੰਜਾਬੀ ਛੇਰਾ, ਓਏ ਪਾ ਲੈ ਨਥਲਾ ਨੂੜੀ, ਹੱਲਾ ਬੋਲ ਹਲਾ ਦਿਓ ਦਿੱਲੀ ਚੱਕ ਦਿਓ ਬਾਹਰ ਚੋਂ ਰੂੜੀ,
ਹੱਲਾ ਬੋਲ ਹਲਾ ਦਿੱਲੀ ਚੱਕ ਦਰਬਾਰ ਚੋਂ ਰੁੜੀ। ਕਿਆ ਬਾਤ ਹੈ, ਬਾਕੀ ਗੀਤ ਬਹੁਤ ਸੋਹਣਾ ਸੀ ਔਰ ਤੁਹਾਨੂੰ ਵੱਖ ਵੱਖ ਮੋਰਚਿਆਂ ਤੇ ਇਸ ਗੀਤ ਨੂੰ ਬੁਲਾ ਕੇ ਉੱਥੇ ਲਾਈਵ ਵੀ ਸੁਣਿਆ ਗਿਆ ਤੁਹਾਡੇ ਕੋਲੋਂ, ਦੋਨਾਂ ਕੋਲੋਂ ਜੀ। ਸੋ ਹਰੀਸ਼ ਜੀ, ਸਾਡੇ ਕੋਲ ਹੁਣ ਜਿਹੜਾ ਵੇਲਾ ਬਹੁਤ ਥੋੜਾ ਰਹਿ ਗਿਆ, ਮੈਂ ਚਾਹਾਂਗਾ ਤੁਸੀਂ ਹੋਰ ਵੀ ਜਿਹੜੇ ਤੁਹਾਡੇ ਦਿਲ ਦੀਆਂ ਰੀਝਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਜ਼ਰੂਰ ਕਰ ਲਓ, ਕੋਈ ਐਸਾ ਗੀਤ ਜਾਂ ਗਜ਼ਲ ਸਾਡੇ ਨਾਲ ਤੁਸੀਂ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ। ਕਹਿੰਦਾ ਓਸ਼ੋ ਬਾਬੇ ਦਿਆਂ ਫੈਨ 36 ਮੁਲਕਾਂ ਚ ਬੈਨ, ਓਸ਼ੋ ਬਾਬੇ ਦਿਆਂ ਫੈਨ 36 ਮੁਲਕਾਂ ਚ ਬੈਨ, ਕੱਢੀ ਫਿਰਦੇ ਡਿਟੇਲ ਸਭ ਜਾਣਦੇ ਆ ਖੇਲ, ਜਿਹੜੀ ਅੜਜੇ ਗਰਮੀ ਦੰਦੇ ਭੋਰ ਦਈਏ ਤੇਲ, ਕੰਮ ਕਾਰ ਵਾਲੇ ਬੰਦੇ ਕਿੱਥੇ ਧੰਦਿਆਂ ਚ ਵੇਲ, ਹੋਸ਼ ਪੁਣੇ ਨਾ ਰੱਖੀ ਦੇ ਪੈਰ ਭਾਰੇ, ਵੈਲੀਆਂ ਦੇ ਜਿੱਥੇ ਨਾ ਬੱਝਣ ਲਲਕਾਰੇ, ਚੁੱਪ ਚੋਬਰਾਂ ਦੀ ਪਾਉਂਦੀ ਹੈ ਖਿਲਾਰੇ, ਵੈਲੀਆਂ ਦੇ ਜਿੱਥੇ ਨਾ ਬੱਝਣ ਲਲਕਾਰੇ, ਚੁੱਪ ਚੋਬਰਾਂ ਦੀ ਪਾਉਂਦੀ ਹੈ ਖਿਲਾਰੇ। ਕਿਆ ਬਾਤ, ਕਿਆ ਬਾਤ ਹੈ, ਬਹੁਤ ਵਧੀਆ। ਹਰੀ ਜੀ, ਤੁਸੀਂ ਆਪਣੀ ਕਿਤਾਬ ਦੇ ਵਿੱਚ ਇੱਕ ਲਿਖੀ ਹੈ, ਗੀਤ ਲਿਖਿਆ ਬਾਪੂ ਦੀ ਲੋਰੀ, ਉਹ ਕਿਉਂਕਿ ਮਾਂ ਦੀ ਲੋਰੀ ਸਭ ਨੇ ਸੁਣੀ ਹੈ ਪਰ ਬਾਪੂ ਦੀ ਲੋਰੀ, ਮੈਂ ਚਾਹਾਂਗਾ ਇਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਬਾਪੂ ਦੀ ਲੋਰੀ, ਕਿਉਂਕਿ ਮਾਂ ਮਾਂ ਦੇ ਉੱਪਰ ਤਾਂ ਬਹੁਤ ਗੀਤ ਬਣਦੇ ਆ ਜੇ ਆਪਾਂ ਗੱਲ ਕਰ ਲਈਏ, ਔਰ ਮਾਂ ਦੀਆਂ ਲੋਰੀਆਂ ਜਿਹੜੀਆਂ ਉਹ ਵੀ ਕਾਫੀ ਮਸ਼ਹੂਰ ਹੈ ਵੀ ਹਾਂ ਮਾਂ ਨੇ ਬੱਚੇ ਨੂੰ ਲੋਰੀ ਦੇ ਕੇ ਸਲਾਤਾ, ਪਰ ਬਾਪੂ ਦੀ ਲੋਰੀ ਜਿਹੜਾ ਤੁਸੀਂ ਗੀਤ ਲਿਖਿਆ ਹੈ ਤੁਹਾਡੇ ਕਿਤਾਬ ਦੇ ਵਿੱਚ 21 ਨੰਬਰ ਪੇਜ ਤੇ ਜਿਹੜਾ ਗੀਤ ਹੈ, ਉਹ ਗੀਤ ਮੈਂ ਚਾਹਾਂਗਾ ਜ਼ਰੂਰ ਸਾਡੇ ਨਾਲ ਸਾਂਝਾ ਕਰੋ, ਕਿਉਂਕਿ ਸਾਡੇ ਕੋਲ 2 ਮਿੰਟ ਹੈਗੇ ਆ, ਸੋ ਇਸ 2 ਮਿੰਟਾਂ ਵਿੱਚ ਇਹ ਗੀਤ ਨੂੰ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰ ਲਓ ਜੀ। ਉਸ ਗੀਤ ਜੀ ਕਹਿੰਦਾ ਅੰਮੜੀ ਤੋਂ ਚੋਰੀ ਦਿੱਤੀ ਬਾਪੂ ਨੇ ਲੋਰੀ ਦਿੱਤੀ, ਉਸਦੇ ਹੀ ਖੂਨ ਦਾ ਕਤਰਾ ਸਾਹਵਾਂ ਨੂੰ ਡੋਰੀ ਦਿੱਤੀ, ਉਂਗਲਾਂ ਫੜ ਤੁਰਨ ਸਿਖਾਇਆ ਜ਼ਿੰਦਗੀ ਨੂੰ ਤੋਰੀ ਦਿੱਤੀ, ਅੰਮੜੀ ਤੋਂ ਚੋਰੀ ਦਿੱਤੀ ਬਾਪੂ ਬਾਪ ਨੇ ਨੇ ਲੋਰੀ ਲੋਰੀ ਦਿੱਤੀ, ਦਿੱਤੀ ਅੰਮੜੀ ਤੋਂ ਕਿਆ ਚੋਰੀ ਬਾਤ ਦਿੱਤੀ, ਪਿੰਡੇ ਚੋਂ ਕੱਢ ਪਸੀਨੇ ਮੇਰੇ ਮੂੰਹ ਦਾਣੇ ਦਿੱਤੇ, ਸੁੱਕੇ ਟੁੱਕਰੇ ਹਾਂ ਫੱਕ ਦਾ ਮੇਵੇ ਮਖਾਣੇ ਦਿੱਤੇ, ਕੁੜਤੇ ਵਿੱਚ ਸਿਆਲ ਕੱਢ ਕੇ ਨਿੱਘਦੇ ਮੈਨੂੰ ਵਾਣੇ ਦਿੱਤੇ, ਰਾਤਾਂ ਦੇ ਜਾਗੇ ਕੱਟ ਕੇ ਮਖਮਲ ਸਰਹਾਣੇ ਦਿੱਤੇ, ਅੱਖਰਾਂ ਦੇ ਨਾਲ ਮੇਲ ਕੇ ਜ਼ਿੰਦਗੀ ਬੜੀ ਟੌਹਰੀ ਦਿੱਤੀ, ਅੰਮੜੀ ਤੋਂ ਚੋਰੀ ਦਿੱਤੀ ਬਾਪੂ ਨੇ ਲੋਰੀ ਦਿੱਤੀ, ਅੰਮੜੀ ਤੋਂ ਚੋਰੀ ਦਿੱਤੀ ਬਾਬਲ ਨੇ ਲੋਰੀ ਬਾਪੂ ਨੇ ਲੋਰੀ ਦਿੱਤੀ। ਸ਼ਾਮਾਂ ਦਾ ਬਾਗ ਸੀ ਬਾਪੂ, ਵਕਤਾਂ ਦਾ ਰਾਗ ਸੀ ਬਾਪੂ, ਸਿਰੜੀ ਕੋਈ ਜਾਦੂਗਰ ਸੀ ਘਰ ਦਾ ਰੰਗ ਭਾਗ ਸੀ ਬਾਪੂ, ਰਾਜਿਆਂ ਜਾਂ ਹੁਕਮ ਸੀ ਚੱਲਦਾ ਮਰਜ਼ੀ ਬਿਨ ਪੱਤ ਨਾ ਹਿੱਲਦਾ, ਸਭ ਦਾ ਉਹ ਖਿਆਲ ਸੀ ਰੱਖਦਾ ਬੁੱਕਲ ਸੰਭਾਲ ਸੀ ਰੱਖਦਾ, ਅਨਪੜ੍ਹ ਸੀ ਚਿਹਰੇ ਪੜ੍ਹਦਾ ਕਿਸਮਤ ਜੁੰਝੋਰੀ ਦਿੱਤੀ, ਅਨਪੜ੍ਹ ਸੀ ਚਿਹਰੇ ਪੜ੍ਹਦਾ ਕਿਸਮਤ ਜੁੰਝੋਰੀ ਦਿੱਤੀ, ਅੰਮੜੀ ਤੋਂ ਚੋਰੀ ਦਿੱਤੀ ਬਾਪੂ ਨੇ ਲੋਰੀ ਦਿੱਤੀ, ਅੰਮੜੀ ਤੋਂ ਚੋਰੀ ਦਿੱਤੀ ਬਾਬਲ ਨੇ ਲੋਰੀ ਦਿੱਤੀ। ਬਹੁਤ ਖੂਬ ਜੀ, ਵਾਕਈ ਬਹੁਤ ਵਧੀਆ ਗੀਤ ਸੀ ਇਹ ਵੀ ਬਾਪੂ ਨੂੰ ਲੈ ਕੇ ਲਿਖਿਆ। ਹਰੀ ਜੀ, ਹੁਣ ਵੇਲਾ ਹੋ ਗਿਆ ਤੁਹਾਤੋਂ ਇਜਾਜ਼ਤ ਲੈਣ ਦਾ, ਲੇਕਿਨ ਅਗਰ ਇੱਕ ਅੱਧੇ ਮਿੰਟ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਵੀ ਸੁਨੇਹਾ ਜਾਂ ਜਿਹੜੇ ਨਵੇਂ ਗੀਤਕਾਰ ਹੈ ਜਾਂ ਲਿਖਦੇ ਦੇ ਜੋ ਲਿਖਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਤਾਂ ਜ਼ਰੂਰ ਦੇ ਲਓ। ਕਹਿੰਦਾ ਹੱਥਾਂ ਤੇ ਸਰੋਂ ਜਮਾ ਦਿੰਦੀ ਅੱਗ ਪਾਣੀਆਂ ਨੂੰ ਵੀ ਲਾ ਦਿੰਦੀ, ਕਹਿੰਦੇ 365 ਚਲਿੱਤਰ ਨੇ ਕਦੋਂ ਕਿਹੜਾ ਤੀਰ ਚਲਾ ਦਿੰਦੀ, ਬੜਾ ਸਾਬਰ ਸੰਤੋਖ ਤੇ ਪਿਆਰ ਪੱਲੇ, ਕੋਈ ਮਸਲਾ ਨਹੀਂ ਜਿਹਦਾ ਹੱਲ ਨਹੀਂ, ਇੱਕ ਔਰਤ ਨੂੰ ਜੋ ਸਮਝ ਸਕੇ ਬੰਦੇ ਦੇ ਵੱਸ ਦੀ ਗੱਲ ਨਹੀਂ, ਇੱਕ ਔਰਤ ਨੂੰ ਜੋ ਸਮਝ ਸਕੇ ਬੰਦੇ ਦੇ ਵੱਸ ਦੀ ਗੱਲ ਨਹੀਂ। ਸੋ ਮੇਰੀ ਸਾਰੇ ਹੀ ਗੀਤਕਾਰ ਭਰਾਵਾਂ ਨੂੰ ਅਪੀਲ ਹੈ ਕਿ ਅੱਛਾ ਲਿਖੋ, ਵਧੀਆ ਲਿਖੋ, ਚੰਗਾ ਲਿਖੋ,
ਨਰੂਆ ਲਿਖੋ ਤਾਂ ਜੋ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਬਾਕੀ ਚੰਗੀ ਗੱਲ ਹੈ, ਗੀਤ ਮਨੋਰੰਜਨ ਲਈ ਵੀ ਹੁੰਦੇ ਨੇ ਤੇ ਸਿਹਤ ਲਈ ਵੀ ਹੁੰਦੇ ਨੇ, ਸਾਰੇ ਤਰ੍ਹਾਂ ਦੇ ਗੀਤ ਨੇ ਜਿਹੜੇ ਲਿਖੇ ਜਾਣੇ ਚਾਹੀਦੇ ਨੇ ਸਮੇਂ ਦੇ ਮੁਤਾਬਕ। ਜੀ ਚਲੋ ਪਰ ਲਿਖੋ ਐਸਾ ਕਿ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਉਸ ਗੀਤ ਨੂੰ ਸੁਣ ਸਕੀਏ। ਸੋ ਹਰੀਸ਼ ਜੀ, ਵਾਕਈ ਬੜਾ ਮਜ਼ਾ ਆਇਆ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਕਰਕੇ। ਤੁਹਾਡੇ ਲਈ ਸਿਰਫ ਚੰਦ ਲਾਈਨਾਂ ਸਾਡੇ ਵੱਲੋਂ ਜਿਹੜੀਆਂ ਹੋਏ ਹੈ ਵੀ ਤੇਰੇ ਪਿਆਰ ਦਾ ਮੁੱਲ ਅਸੀਂ ਮੋੜ ਨਹੀਂ ਸਕਦੇ, ਤੇਰੇ ਪਿਆਰ ਦਾ ਮੁੱਲ ਅਸੀਂ ਤੋ ਨਹੀਂ ਸਕਦੇ, ਤੈਨੂੰ ਤੂੰ ਮੰਗੇ ਜਾਨ ਤਾਂ ਅਸੀਂ ਨਕਾਰ ਨਹੀਂ ਸਕਦੇ, ਤੂੰ ਮੰਗੇ ਜਾਨ ਤਾਂ ਅਸੀਂ ਨਕਾਰ ਨਹੀਂ ਸਕਦੇ। ਮੰਨਿਆ ਕਿ ਜ਼ਿੰਦਗੀ ਇਮਤਿਹਾਨ ਬੜੇ ਨੇ, ਮੰਨਿਆ ਕਿ ਜ਼ਿੰਦਗੀ ਚ ਇਮਤਿਹਾਨ ਬੜੇ, ਪਰ ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ। ਸੋ ਜੇ ਤੁਹਾਡੇ ਵਰਗੇ ਜਿਹੜੇ ਸ਼ਾਇਰ ਨੇ ਸਾਡੇ ਨਾਲ ਹੈਗੇ ਆ, ਤਾਂ ਸਾਡੀ ਜਿਹੜੀ ਪੰਜਾਬੀ ਹੈ, ਪੰਜਾਬੀਅਤ ਹੈ, ਉਹ ਕਦੀ ਹਾਰ ਨਹੀਂ ਸਕਦੀ ਔਰ ਅਸੀਂ ਕਦੀ ਹਾਰ ਨਹੀਂ ਸਕਦੇ। ਪੰਜਾਬ ਹਮੇਸ਼ਾ ਜਿਉਂਦਾ ਵੱਸਦਾ ਰਹੇਗਾ, ਪੰਜਾਬੀ ਜਿਉਂਦੇ ਵੱਸਦੇ ਰਹਿਣਗੇ, ਔਰ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ ਉਹ ਜਿਉਂਦੀ ਵੱਸਦੀ ਰਹੇਗੀ। ਸੋਰੀ ਜੀ, ਤਹੇ ਦਿਲ ਤੋਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮੇਂ ਕੱਢ ਕੇ ਸਾਡੇ ਨਾਲ ਇਸ ਵੇਲੇ ਇੰਡੀਆ ਤੋਂ ਜੁੜੇ ਹੋ, ਕਿਉਂਕਿ ਉੱਥੇ ਤਕਰੀਬਨ 11 ਸਾਢੇ 11 ਦਾ ਟਾਈਮ ਹੋ ਚੁੱਕਿਆ ਹੈ, ਪਰ ਫਿਰ ਵੀ ਤੁਸੀਂ ਸਾਡੇ ਨਾਲ ਜੁੜੇ ਹੋ। ਔਰ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਪਹਿਲੀ ਕਿਤਾਬ ਆਈ ਅੱਕ ਦੀ ਅੰਬੀਆਂ, ਇਹਦੀ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ, ਤੇ ਆਉਣ ਵਾਲੀ ਜਿਹੜੀ ਤੁਹਾਡੀ ਕਿਤਾਬਾਂ ਦਾ ਉਹਦਾ ਵੀ ਤਹਿ ਦਿਲ ਤੋਂ ਅਸੀਂ ਇੰਤਜ਼ਾਰ ਕਰਦੇ ਰਹਾਂਗੇ ਕਿ ਤੁਸੀਂ ਜਲਦੀ ਜਲਦੀ ਉਹ ਵੀ ਸਾਡੇ ਰੂਬਰੂ ਲੈ ਕੇ ਆਓ, ਉਹ ਲੋਕਾਂ ਪੜ੍ਹ ਕਰੋ ਤਾਂ ਕਿ ਅਸੀਂ ਉਹ ਵੀ ਪੜ੍ਹ ਸਕੀਏ ਕਿ ਉਹਨਾਂ ਕਿਤਾਬਾਂ 'ਚ ਹੋਰ ਕੀ ਸੇਧ ਮਿਲੀ ਹੈ ਸਾਨੂੰ। ਸੋ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ। ਸੋ ਪਿਆਰ ਦਰਸ਼ਕੋ ਜੀ, ਪਿਆਰ ਦਰਸ਼ਕੋ, ਇਹ ਸੀ ਸਾਡੇ ਹਰੀਸ਼ ਪਟਿਆਲਵੀ ਜੀ ਜੋ ਸਾਡੇ ਨਾਲ ਜੁੜੇ ਸੀ ਇੰਡੀਆ ਤੋਂ। ਤੁਸੀਂ ਇਹਨਾਂ ਦੀ ਇਹ ਕਿਤਾਬ ਨੂੰ ਦੇਖਿਆ, ਉਹਨਾਂ ਦੀ ਕਿਤਾਬ 'ਚ ਰਚਨਾਵਾਂ ਜਿਹੜੀਆਂ ਗੀਤ ਸੀ, ਗਜ਼ਲਾਂ ਸੀ, ਉਹਨੂੰ ਸੁਣਿਆ ਵੀ ਹੈ, ਲੈਣਾ ਚਾਹੁੰਦੇ ਹੋ ਇੱਕ ਵਾਰੀ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ JP ਪਬਲਿਸ਼ਨ ਵਾਲੇ ਹੈਗੇ ਆ ਪਟਿਆਲਾ ਵਿੱਚ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਕੋਲ ਕਿਤਾਬ ਲੈ ਸਕਦੇ ਹੋ। ਤੇ ਹੁਣ ਵੇਲਾ ਹੋ ਗਿਆ ਤੁਹਾਤੋਂ ਇਜਾਜ਼ਤ ਲੈਣ ਦਾ, ਲੇਕਿਨ ਫਿਰ ਉਸ ਵਾਅਦੇ ਨਾਲ ਕਿ ਅਗਲੇ ਹਫ਼ਤੇ ਮਿਲੂੰਗਾ ਫਿਰ ਕਿਸੇ ਅਜ਼ੀਮ ਸ਼ਖਸੀਅਤ ਨਾਲ। ਤਦ ਤੱਕ ਲਈ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ।